ਕੀ ਵੇਦੇ ਪਏ ਹੋ? ਦਿਲ ਕੀਤਾ ਤੈਨੂੰ ਰਾਜ ਜੀ ਕਿ ਵੇਖਾਂ? ਅੱਛਾ ਜੀ, ਵੇਖਣ ਦਾ ਦਿਲ ਕੀਤਾ? ਕਦੀ ਆਪਣੇ ਤੇ ਮੇਰੇ ਮਿਆਰ ਦਾ ਹੀ ਫਰਕ ਵੇਖਿਆ ਨੀ? ਤੁਸੀਂ ਕਿੱਥੇ, ਮੈਂ ਕਿੱਥੇ, ਮੈਂ ਕਿੱਥੇ, ਤੂੰ ਕਿੱਥੇ, ਸੁਣਿਆ ਨੀ? ਕਿੱਥੇ ਮੇਰੇ ਅਲੀ, ਕਿੱਥੇ ਤੇਰੀ ਸਨਾ, ਗੁਸਤਾਖ ਅੱਖੀਆਂ ਕਿੱਥੇ ਜਾ ਲੜੀਆਂ? ਹਰ ਟਾਈਮ ਵਾਲੀ ਇੱਕ ਹੀ ਗੱਲ ਨੂੰ ਛੇੜੀ ਹੁੰਦੀ, ਜਦੋਂ ਮੈਂ ਇਹ ਗੱਲ ਸੋਚੀਨੀ ਆ ਨਾ, ਮੇਰੀ ਤੇ ਪੈਰਾਂ ਦੇ ਹੇਠੋਂ ਜ਼ਮੀਨ ਹੀ ਨਿਕਲ ਜਾਂਦੀ ਹੈ। ਅੱਛਾ, ਕੀ ਹੁੰਦਾ ਤੇ ਕਿਹੜੀ ਗੱਲ ਸੋਚਦੀ? ਇਹ ਸੋਚ ਕੇ ਕਿ ਅੱਲਾ ਪਾਕ ਹੀ ਬੜਾ ਬੇਨਿਆਜ਼ ਹੈ, ਉਹਨੇ ਮੈਨੂੰ ਇਸ ਕਾਬਿਲ ਬਣਾਇਆ ਕਿ ਇਤਨੀ ਮੁਰਬਿਆਂ ਦਾ ਮਾਲਿਕ ਉਸ ਦਾ ਮਿੱਥੇ ਦਿਲ ਆ ਗਿਆ, ਇੱਕ ਡੇਰੇ ਤੇ ਰਹਿਣ ਵਾਲੀ ਗਰੀਬ ਜਈ। ਹੋ ਵਾਲੀ ਤੁਸੀਂ ਗਰੀਬ, ਤੁਹਾਡੇ ਜਿਤਨੇ ਤਾਂ ਨਾ ਅਮੀਰ, 15 ਕਿੱਲੇ ਤਾਂ ਹੈ ਨਾ, ਉਹ ਸਕਿਆ ਮੰਗ ਵੀ ਮੁੜ ਤੁਸੀਂ ਇਹ ਦੱਸੋ ਮੇਰੀ ਖਾਤਰ ਕੀ ਕਰ ਸਕਦੇ ਹੋ? ਮੈਂ ਕੀ ਕਰ ਸਕਦਾ? ਜਾ ਸੋਚਣਾ ਪੈ ਗਿਆ ਮਤਲਬ? ਨਹੀਂ ਨਹੀਂ, ਮੈਂ ਉਹ ਜੇ ਸੋਚਦਾ ਪਿਆ ਨਾ ਵੀ ਮੈਂ ਤੇਰੀ ਖਾਤਰ ਕੀ ਕਰ ਸਕਦਾ, ਜਿਸ ਤਸੱਲੀ ਮੈਨੂੰ ਹੀ ਹੋ ਜਾਵੇ ਕਿ ਫਾਕੇ ਆਈ ਤੁਸੀਂ ਮੇਰੀ ਰੂਹ ਨਾਲ ਪਿਆਰ ਕੀਤਾ, ਜਿਸਮ ਨਾਲ ਨਹੀਂ ਪਰ ਸੱਚੀ ਪਿਆਰ ਕਰਦੇ ਹੋ। ਮੈਂ ਕਰ ਸਕਦਾ, ਇਮੋਸ਼ਨ ਲੱਗੇ ਹੋਣ ਤੇ ਤੈਨੂੰ ਇਹ ਸਭ ਕੁਝ ਲਿਖ ਦੇ ਸਕਦਾ ਛਿਲਕਾ, ਉਸ ਬਾਅਦ ਮੈਂ ਕਰ ਸਕਦਾ ਕਿ ਤੇਰੇ ਨੱਕ ਬੰਦਾ ਪਿਆ ਤੇ ਰੁਮਾਲ ਲਿਖ ਦੇ ਸਕਦਾ, ਮੈਂ ਇਹ ਕਰ ਸਕਦਾ। ਮਜ਼ਾਕ ਨਹੀਂ ਨਾ, ਮੈਂ ਸੀਰੀਅਸ ਪੁੱਛਿਆ। ਕਮਲੀਆ ਜੋ ਤੂੰ ਆਖੇ ਨਾ ਮੈਂ ਉਹ ਕਰ ਸਕਦਾ, ਬਸ ਇੰਨੀ ਕੁਛ ਇੱਕ ਕੰਮ ਕਰੀ, ਜਿਸਮਾਨੀ ਜਿਤਨੀ ਮਰਜ਼ੀ ਨੇ ਮੈਨੂੰ ਤਕਲੀਫਾਂ ਦੇ ਲਵੇ, ਐਸਾ ਕੋਈ ਕੰਮ ਨਾ ਕਰੀ ਜਿਸ ਵਿੱਚ ਮੇਰੀ ਰੂਹ ਨੂੰ ਤਕਲੀਫ ਹੋਵੇ। ਕਿਹੜੇ ਕੰਮ 'ਚ ਤੇਰੀ ਰੂਹ ਨੂੰ ਤਕਲੀਫ ਹੋ ਸੀ? ਕਿਉਂਕਿ ਜਦੋਂ ਰੂਹ ਨੂੰ ਤਕਲੀਫ ਹੁੰਦੀ ਹੈ ਨਾ, ਉਹਦੀ ਕੋਈ ਮਾਫੀ ਨਹੀਂ ਹੁੰਦੀ। ਯਾਰ ਤੂੰ ਅਜ਼ਮਾ ਲੈ ਬਸ, ਵਕਤ ਆਇਆ ਤੇ ਅਜ਼ਮਾਇਸ਼ਾਂ ਵੀ ਸਹੀ ਤੈਨੂੰ, ਕੀ ਫਿਲਹਾਲ ਤੇ ਸਾਬਿਤ ਕਰਕੇ ਵਿਖਾ ਨਾ ਕਿ ਪਿਆਰ ਮੈਨੂੰ ਬਹੁਤ ਜ਼ਿਆਦਾ ਕਰਦਾ ਔਰ ਮੇਰੀ ਖਾਤਰ ਕੁਛ ਵੀ ਕਰਨ ਨੂੰ ਤਿਆਰ ਹੈ ਤੂੰ। ਅਗਰ ਇਹ ਮੈਂ ਸਾਬਿਤ ਕਰ ਗਿਆ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ, ਤੂੰ ਆਪਣੀ ਮੰਗਣੀ ਤੋੜ ਕੇ ਮੇਰੀ ਵਜ੍ਹਾ ਇਹ ਵੀ ਕੋਈ ਆਖਣ ਵਾਲੀ ਗੱਲ ਹੈ? ਮੈਂ ਤੈਨੂੰ ਇਸ ਕਦਰ ਚਾਹੁੰਦੀ ਹਾਂ, ਇਸ ਕਦਰ ਚਾਹੁੰਦੀ ਹਾਂ ਕਿ ਤੁਸੀਂ ਸ਼ਾਦੀ ਨਾ ਕਰੋ ਨਾ ਮੇਰੇ ਨਾਲ, ਮੈਂ ਪੂਰੀ ਜ਼ਿੰਦਗੀ ਪਿਓ ਦੇ ਬੂਹੇ ਤੇ ਬੈਠ ਸਕਦੀ ਹਾਂ ਪਰ ਕਿਸੇ ਮਰਦ ਨੂੰ ਮੈਂ ਆਪਣੀ ਕਲਾਈ ਵੀ ਨਾ ਵੇਖਣ ਦੇਵਾਂ ਜਿਸਮ ਤੋਂ ਦੂਰ ਜਾ ਰਿਹਾ। ਪੱਕੀ ਗੱਲ, ਇਸ ਕਦਰ ਪਿਆਰ ਕਰੇ ਨੀ ਤੂੰ? ਗੱਲ ਤੇ ਨਹੀਂ ਆਦੀ ਪਈ ਹੈ, ਮੈਂ ਸਾਬਿਤ ਕਰ ਸਕਾਂ ਮੈਂ ਤੈਨੂੰ ਕਿੰਨਾ ਪਿਆਰ ਕਰਦਾ। ਅੱਛਾ ਚਲੋ, ਇੰਤਜ਼ਾਰ ਰਾਸੀ ਮੈਨੂੰ ਇਸ ਗੱਲ ਦਾ, ਘਰ ਪਹੁੰਚ ਤੂੰ। ਚਲੋ ਮੁੜ, ਇੱਕ ਗੱਲ ਤੂੰ ਵੀ ਆ ਯਾਦ ਰੱਖੀ, ਜਿਸ ਨੇ ਤੁਸੀਂ ਇਹ ਸਾਬਿਤ ਕਰ ਦਿੱਤਾ ਨਾ ਉਸਨੇ ਹਕੀਕਤ ਮੁੜ ਮੇਰੀ ਵੀ ਵੇਖ ਲਵਿਆ। ਚਲੋ ਮੈਂ ਜਾਣਦੀ ਪਈ।
ਲੇਕਿਨ ਇਹ ਵੇਖੀ ਮੈਂ ਮੁੜ ਇੱਕ ਵਾਰੀ ਆਦੀ ਪਈ ਆ, ਮੇਰੀ ਰੂਹ ਨੂੰ ਤਕਲੀਫ ਨਾ ਦੇਵੇ। ਚਲੋ ਤੈਨੂੰ ਹੀ ਸਾਬਿਤ ਕਰ ਸਕੀ ਕਿ ਤੇਰੇ ਨਾਲ ਕਿਤਨਾ ਪਿਆਰ ਹੈ। ਕਮਲੀਆ ਤੇ ਇੱਥੋਂ ਇਲਾਵਾ ਤਾਂ ਮੈਂ ਜਾਨ ਦੀ ਕਾਸ਼ਾ ਨਹੀਂ ਦਿਸਦੀ। ਮੈਂ ਤਾਂ ਆਪਣੀ ਹਾਰ ਸ਼ਾ ਦੇਣੀ ਪਵੇ ਨਾ ਤਾਂ ਤੇਰਾ ਮੁੱਲ ਲੱਗੇ ਨਾ ਕਿ ਮਾਨ ਸਾਹਿਬ ਆਪਣੀ ਹਰ ਬੁਲਾ ਦਿਓ ਚ ਤੇ ਲੈ ਲਓ, ਉਹ ਮੈਂ ਤਾਂ ਆਪਣੀ ਹਰ ਸ਼ਾ ਜਾਂਦੀ ਕਰਾਂ। ਹਾਂ ਅਸੀਂ ਤਾਂ ਹੁਣ ਤੇਰੇ ਹੱਲੇ ਆਏ ਹਾਂ, 2 ਸਾਲ ਹੋ ਗਏ ਮੇਰੇ ਵਿਰਾਹ ਦੀ ਮੰਗਣੀ ਸੇ ਘਰ ਚੋਈਏ, ਹੁਣ ਸਾਨੂੰ ਕੋਈ ਦੇ ਰੱਖ ਦਿਓ। ਇਹ ਆ ਗੱਲ ਮੈਂ ਅੱਗੇ ਕਰਦਾ ਪਿਆ ਮੇਰਾ ਪੁੱਤਰ ਬਸ ਸ਼ਾਇਦ ਉਹਨਾਂ ਵੇਖ ਜਾਂਦਾ ਜੀ ਆ, ਤੇ ਹੁਣ ਮੇਰਾ ਦੇ ਲੈ ਬਤੋ 1 ਮਹੀਨਾ ਟਾਈਮ ਆ, ਟਾਈਮ ਬਣਾਈਏ ਇਹਨਾਂ 2 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਆਪਣਾ ਫਰਜ਼ ਅਦਾ ਕਰ। ਨਹੀਂ ਜੀ ਤੁਸੀਂ ਅਗਰ ਕੋਸ਼ਿਸ਼ ਕਰੋ ਆ ਭਈਆ ਰਬੀਉਲ ਅਵਲ ਵਾਲੇ ਚਾਹੁੰਦੇ ਜਿਹੜਾ ਹੈ। ਹਾਂ ਹੁਣ ਮੈਂ ਵੀ ਤੁਸੀਂ ਕੋਸ਼ਿਸ਼ ਕਰੋ ਬਸ, ਕੱਲ ਮੇਰਾ ਦਿਲ ਐਤਵਾਰ ਹੈ ਤੇ ਕੱਲੋ ਹੀ ਪਰਾਂ ਪਰ ਨਾ ਕੇ ਤੁਸੀਂ ਦੇ ਛੱਡੋ, ਜਾਨ ਛੁਡਾਓ ਤੁਸੀਂ। ਇਹਦਾ ਕੀ ਮਤਲਬ ਹੈਗਾ? ਜਿੰਨਾ ਜਲਦੀ ਹੋ ਜਾਵੇ ਧੀਆਂ ਆਪਣੇ ਘਰਾਂ ਦੇ ਵਿੱਚ ਚੰਗੀਆਂ ਨਹੀਂ ਲੱਗਦੀਆਂ। ਸ਼ਾਦੀ ਕੋਈ ਨੀ ਕਰਨੀ, ਮੈਂ ਆਖ ਛੋੜਿਆ ਨਾ ਬਸ ਮੇਰੀ ਗੱਲ ਸੁਣ ਮੈਂ ਮੇਰੀ ਫਾਈਨਲ ਗੱਲ ਮੈਂ ਅਜੇ ਸਾਲ ਡੇਢ ਸ਼ਾਦੀ ਕਰਨੀ ਮੇਰੀ ਭੈਣ ਨਿੱਕੀ ਸਹੀ ਹੈ, ਮੇਰਾ ਵਿਰਾਹ ਨਿੱਕਾ ਜਿਹਾ, ਮੈਂ ਕਿਵੇਂ ਘਰ ਨੂੰ ਹੀ ਲੁਗਿਆਂ ਛੱਡ ਕੇ ਟੁਰ ਪਵਾਂ? ਮੇਰੀ ਭੈਣ ਨਿੱਕੀ ਸਹੀ ਹੈ, ਮੇਰਾ ਵਿਰਾਹ ਨਿੱਕਾ ਜਿਹਾ, ਮੈਂ ਕਿਵੇਂ ਘਰ ਨੂੰ ਹੀ ਲੁਗਿਆਂ ਛੱਡ ਕੇ ਟੁਰ ਪਵਾਂ? ਹੁਣ ਮੈਂ ਕੀ ਕਰਾਂ? ਓਕੇ ਤੋਂ ਕਰਨਾ ਜਿੱਤਣ ਦੇ ਪੜ੍ਹਾਈ ਨਹੀਂ ਪੂਰੀ ਆਉਂਦੀ ਪਈ, ਰਹਿ ਗਈ ਇਸ 2 ਜਮਾਤ ਬਾਹਰ ਕਰ ਲਈ ਸੀ, ਉਸ ਤੋਂ ਪਿੱਛੇ ਬਸ ਘਰ ਆ ਜਾ ਸੀ। ਜਿਹੜੀ ਗੱਲ ਛੋੜ, ਨੌਕਰੀ ਤੁਸਾਂ ਕੋਈ ਨਹੀਂ ਕਰਨ ਦੇਵਣੀ, ਇਹਨਾਂ ਦਾ ਖਾਪ ਖਪਾ ਮੁਕਣਾ ਕੋਈ ਨਹੀਂ ਜੀ ਆ, ਜਿਵੇਂ ਮਾਇਆ ਦਾ ਪਿਆ ਹੋਣਾ ਇਵੇਂ ਹੀ ਆ ਜੀ ਇੰਜ ਸਮਝ ਆ। ਚਲੋ ਮੁੜ ਅੱਬੂ ਤੂੰ ਵੀ ਇੱਥੋਂ 2 ਮਹੀਨੇ ਬਾਅਦ ਨਾ ਡੋਲੀ ਨਹੀਂ ਜਨਾਜ਼ਾ ਹੀ ਕੱਢਣਾ ਹੀ, ਮੁੜ ਕਰ ਲਾ ਤੂੰ ਵੀ ਮਰਜ਼ੀ ਆਪਣੀ। ਇਹ ਟਬੋਰ ਜਾਣੇ ਤੇ ਮੈਂ ਜਾਣਾ, ਤੁਸੀਂ ਇੱਕ ਜਗ੍ਹਾ ਨਾ ਇੱਕ 20 ਦੇ ਅੱਬਾ। ਇੱਕ ਤਾਂ ਗੱਲ ਦੱਸ, ਮੈਂ ਤੇਰੀ ਸੱਕੀ ਦੀ ਤਾਂ ਉਹ ਸੱਕੀ ਦੀ ਹੈ ਤੇ ਮੋੜ ਐਡਾ ਮੇਰੇ ਨਾਲ ਸੁਤੇਲੀਆਂ ਦਾ ਵਰਤਾਓ ਕਿਉਂ ਕਰੇਂਦਾ ਪਈ? ਜੀ ਤਾਂ ਕਾਲੀ ਗੱਲ ਸਹੀ ਹੈ ਜੀ, ਕਾਦ ਮੈਂ ਪਹਿਨਾ ਮੈਂ ਇੱਟਾਂ ਦੀ ਗੱਲ ਕੀਤੀ ਹੈ, ਕੱਲ ਆ ਇੱਟਾਂ ਸਟੀ ਜਾਣੀਆਂ ਉਹ ਵੀ ਅਸੀਂ ਪਰ ਸੁਪਾਤ ਕਰੀਏ ਪੱਕੀ ਪਾ ਛੱਡਾਂ ਜੀ ਕਾਦ ਦਾ ਕਾਦ ਦਾ ਹੋਰ ਕੋਈ ਟੈਨਸ਼ਨ ਨਹੀਂ ਤੇ ਦੂਈ ਗੱਲ ਇਹ ਮੇਰਾ ਵੀਰਾ ਨੌਕਰੀ ਤੋਂ ਕਦੋਂ ਵਾਪਸ ਹਟਣਾ ਹੈ ਤੂੰ? ਮੈਂ ਤੇ ਹੁਣ ਛੁੱਟੀਆਂ ਮੰਗੀ ਵੇ ਤਾਂ ਗੱਲ ਹੋਈ ਇਹ ਤਾਂ ਉਹ ਤੇ ਕੋਲ ਪੁੱਛਦਾ ਪਿਆ ਬੇਦੀ ਭੈਣ ਬੂ ਤੇ ਬੁੱਢੀ ਹੋਈ ਬੈਠੀ ਹੈ ਕਿਉਂ ਨਹੀਂ ਪਰਨਾਈਂਦਾ ਪਿਆ? ਮੈਂ ਉਹਨੂੰ ਗੱਲ ਕੀਤੀ ਹੈ ਪਰ ਉਸ ਮੈਨੂੰ ਆਖਿਆ ਬੱਚੇ ਨੂੰ ਟਾਂਗੇ ਲਾਲ ਆ। ਅੱਛਾ ਮੈਂ ਕਿਹਾ ਇੱਕੋ ਦਿਹਾੜਾ ਬਣਾ ਲਾ ਖਰਚਾ ਇੱਕੋ ਸੇ, ਇਹ ਵੀ ਉਹ ਜਿਹਾ ਸਹੀ ਤੇ ਉਹ ਵੀ ਹੋ ਗਿਆ ਹੋਇਆ ਬਤਾ ਗੱਲ ਕੀਤੀ ਸੈਟਿੰਗ ਅੱਲਾ ਕੀਤਾ ਹੋਈ ਵਧੀਏ ਹੋਈ ਵਧੀਏ ਨਾ ਜੀ ਆ ਤੇ ਮੋੜ ਹੀ ਕਿਹਾ ਮੈਂ ਇਹ ਸ਼ਾਦੀ ਕਾਈ ਨਾ ਕਰਨੀ, ਮੈਂ ਵੱਜ ਗੱਜ ਕੇ ਆਦੀ ਪਈਆਂ ਜਿਹੜੀਆਂ ਧੀਆਂ ਉਦਲ ਜਾਵੇਂ ਨੂੰ ਨਾਂਦੇ ਤੇ ਮੁੜ ਆ ਵੈਂਦੀ ਕਾਲਾ ਕੇ ਫਲਾਣੇ ਦੀ ਧੀ ਗੰਦੀ ਨਿਕਲੀ ਤੇ ਉਹ ਵਗ ਗਈ, ਨਾ ਹੀ ਮੈਂ ਉਦਲਣਾ ਤੇ ਨਾ ਹੀ ਮੇਰਾ ਕਿਸੇ ਹੋਰ ਨਾਲ ਕੋਈ ਦਿਲ ਪਿਆ। ਮੈਂ ਤੈਨੂੰ ਆਖਾਂ ਚਾ ਬਈ ਹਾਂ ਮੈਂ ਤਾਂ ਉਦੇ ਕਰਨਾ,
ਮੈਂ ਬਸ ਵਕਤ ਦਾ ਇੰਤਜ਼ਾਰ ਕਰਦੀ ਪਈ ਜੇ ਵਕਤ ਪਤਾ ਨਹੀਂ ਕੀ ਕਰੇ ਸੀ ਤੂੰ ਬੂਹੇ ਤੋਂ ਬਾਹਰ ਲੱਤ ਰੱਖੇ ਮੈਂ ਤੇਰੀ ਲੱਤ ਨਾ ਵਾਟ ਛੱਡਦੀ ਉਹ ਗੱਲਾਂ ਤੂੰ ਕਰਦੇ ਜਾਈਏ ਚਲੋ ਅੱਬਾ ਮਾਰ ਗੱਤ ਮੁਰ ਸ਼ਾਦੀ ਮੈਂ ਵੀ ਅਜੇ ਕਾਈ ਨੂੰ ਕਰਦਾ ਚਾਚਾ ਅੱਗੇ ਕਾਤ ਦੀ ਗੱਲ ਆ ਹੋਰ ਕੋਈ ਮਸਲਾ ਹੈ ਤਾਂ ਸਾਨੂੰ ਦੱਸੋ ਕੋਈ ਮਸਲਾ ਨਹੀਂ ਅਸੀਂ ਪੂਰਾ ਕਰਨਾ ਹੈ ਚਾਚਾ ਅੱਛਾ ਤੂੰ ਕਰ ਹੋਰ ਮਸਲਾ ਸਮਾਨ ਸਮੂਨ ਹਰ ਸ਼ੈ ਬਣਾ ਹਾਂ ਸ਼ਾਇਦ ਹੀ ਸਹਿਗੇ ਜੋ ਤੂੰ ਆਖਿਆ ਅੰਮਾ ਮੈਂ ਆ ਨਹੀਂ ਮੈਂ ਜੇ ਸ਼ਾਦੀ ਕੋਈ ਨਹੀਂ ਕਰੇ ਸਮਾਨ ਬਣਿਆ ਪਿਆ ਸਮਾਨ ਬਣਿਆ ਪਿਆ ਆ ਟਰੱਕ ਸਮਾਨ ਦਾ ਲੈ ਲਓ ਤੀਦੂ ਟਰੱਕ ਗਾਉਂ ਦਾ ਵੇਚ ਛੱਡੋ ਬਿਲਾ ਜਾਓ ਉਹ ਤਾਂ ਸਾ ਦੇਵਣਾ ਹੀ ਦੇਵਣਾ ਜਿਹੜਾ ਸਾਡਾ ਹੱਕ ਬਣਦਾ ਹੈ ਸਭੋ ਮਧੀਆਂ ਦਾ ਜਿਹੜਾ ਹਿੱਸਾ ਹੈ ਅਸਾਂ ਦੋ ਮੈਨੂੰ ਨਾ ਕੋ ਜਾਖੋ ਮੇਰੇ ਅੱਗੇ ਸਿਰ ਨੂੰ ਪੀੜ ਹੈ ਚਾਚਾ ਜ਼ਬਾਨ ਤੂੰ ਸਾਡੇ ਨਾਲ ਆਪ ਖੁਦ ਕੀਤੀ ਹੋਈ ਹੈ ਮੇਰਾ ਪੁੱਤ ਗੱਲ ਹੋ ਨਹੀਂ ਗਈ ਗੱਲ ਹੋ ਗਈ ਹੈ ਤੂੰ ਸਾਂ ਤਰੀਕ ਕਿਆ ਦੱਸ ਚੜੇ ਦੀ 14 ਦੀ ਤਰੀਕ ਹੀ ਨੇ ਮੇਰਾ ਪੁੱਤ ਤੁਸੀਂ ਅੱਖੀ ਨੋਟ ਕੇ ਜਾਂ ਲਾ ਕੇ ਆ ਜਾਵੇ ਆਪ ਮੈਂ ਵੇਖ ਲਈ ਸਭ ਕਿਹੜਾ ਆਗੂ ਆਉਂਦਾ ਮੈਨੂੰ ਚਲੋ ਠੀਕ ਗੱਲ ਸੁਣ ਮੇਰੀ ਮੇਰੀ ਭੈਣ ਮੈਂ ਇਹ ਨਿਕਾਹ ਕੋਈ ਨਾ ਕਰਨਾ ਮੁੜ ਡੋਲੀ ਦੇ ਵਿੱਚ ਇੱਥੋਂ ਕੁੱਤੀ ਲਦੀ ਕੇ ਤੇ ਓਈ ਲੈ ਕੇ ਵਹਿਣ ਗਈ ਮੈਂ ਕੋਈ ਨੂੰ ਵਹਿਣ ਮੇਰਾ ਪੁੱਤਰ ਮੈਂ ਜਦੋਂ ਮੈਂ ਆਦੀ ਪਈ ਮੈਂ ਕੋਈ ਨਹੀਂ ਕਰਨਾ ਮੁੜ ਗੱਲ ਦੀ ਸਮਝ ਨਹੀਂ ਆਉਂਦੀ ਪਈ ਤੂੰ 50 ਤੋਲਾ ਸੋਨਾ ਵੀ ਲੈ ਕੇ ਆਤਾ ਵੀ ਮੈਂ ਸ਼ਾਦੀ ਇਹਦੇ ਨਾਲ ਕਾਈ ਨੂੰ ਕਰਨੀ ਮੇਰੇ ਜ਼ਿਹਨ ਵਿੱਚ ਕੋਈ ਨਹੀਂ ਓ ਮੇਰੇ ਖਿਆਲ ਵਿੱਚ ਕੋਈ ਨਹੀਂ ਮੇਰੇ ਖਾਬ ਵਿੱਚ ਕੋਈ ਨਹੀਂ ਗੱਲ ਆ ਨਾ ਛੋਰੇ ਤੂੰ ਚੁੱਪ ਕਰ ਉਹ ਸੀ ਨਾ ਤੇਰੀ ਵਾਸਤੇ 900 ਗੋਟਾ ਪਰ ਮੈਂ ਸ਼ਾਦੀ ਇਹਦੇ ਨਾਲ ਕਾਈ ਨਹੀਂ ਕਰ ਮੇਰੀ ਆਪਣੀ ਲਾਈਫ ਹੈ ਮੇਰੀ ਆਪਣੀ ਜ਼ਿੰਦਗੀ ਹੈ ਤੁਹਾਡੀ ਦੀ ਤੁਹਾਡੇ ਮੂੰਹ ਤੇ ਬੋਲ ਕੇ ਧਿਆਨ ਦੀ ਪਈ ਵੀ ਮੈਂ ਨਹੀਂ ਸ਼ਾਦੀ ਆਇਓ ਮਾਂ ਬਾਈ ਮੂੰਹ ਤੇ ਆਦੀ ਪਈਆਂ ਨਾ ਮੂੰਹ ਤੇ ਆਦੀ ਪਈ ਕੰਡੂ ਵਿੱਚ ਤਾਂ ਨਹੀਂ ਨਾ ਆਦੀ ਪਈ ਕੰਡੂ ਵਿੱਚ ਆਦੀ ਆਖਾਂ ਦਾ ਮੋੜ ਗੱਲ ਕਰ ਤੁਸੀਂ ਆਪਣਾ ਤਿਆਰੀ ਕਰਦੇ ਤੁਸੀਂ ਆਪਣੀ ਤਿਆਰੀ ਕਰੋ ਨਾ ਹਾਂ ਤਿਆਰੀ ਕਰ ਦੋ ਬਈ ਦੇ ਵੱਟੇ ਚ ਮੇਰੇ ਵਿਰਾਹ ਵਾਸਤੇ ਦਿੱਤੀ ਹੋਈ ਹੈ ਮੈਂ ਵੱਟੇ ਚ ਆਖੀ ਹੋਈ ਵੀ ਕਾਈ ਨਹੀਂ ਅੱਲਾ ਵਾਸਤੇ ਦਿੱਤੀ ਹੋਈ ਹੈ ਮੈਂ ਤਾਂ ਹੁੰਦਾ ਸਾ ਕਿ ਲੈ ਕੇ ਦੇ ਸਮਝ ਤਾਂ ਕੋਈ ਨਹੀਂ ਮਸਲਾ ਮੁੰਡੂ ਮੈਂ ਨਾ ਮੇਰਾ ਪੁੱਤ ਪਤਾ ਜੀ ਹੋਈ ਹੋਰ ਦੇਵਣੀ ਕਿਸੇ ਨਹੀਂ ਇਸ ਕਾਬਿਲ ਹੈ ਮੈਂ ਤੈਨੂੰ ਕੋਈ ਹੋਰ ਦੇਵੇ ਇਹ ਛੇ ਤਾਂ ਖਪਦਿਆ ਰਾਣਾ ਇਹ ਹੈ ਕਮਲੇ ਜਿਹੜੀ ਗੱਲ ਅੰਮਾ ਤੋ ਕੋਈ ਨਹੀਂ ਬੋਲਣਾ ਫੋਨ ਨਾ ਜਾ ਬੋਲਣਾ ਮੈਂ ਤਾਂ ਅੱਗੇ ਬੋਲਣੀ ਆ ਤਾਂ ਪਿਆ ਦਿਓ ਚੁੱਪ ਕਰ ਜਾ ਚੁੱਪ ਚਲੋ ਕੱਲ ਨੂੰ ਇਹ ਨਾ ਆਖੀ ਕਿ ਮੇਰੀ ਧੀ ਗੰਦੀ ਨਿਕਲੀ ਹੈ ਮਾਂ ਨਹੀਂ ਸਿੱਖੀ ਨਾ ਭਾਈ ਮਾਂ ਕੀ ਸਿਖਾਈਂਦੀ ਰਹਿੰਦੀ ਹੋ ਜਿਸ ਵੇਲੇ ਗੱਲ ਕੀਤੀ ਆਈ ਨੰਦੇ ਨਾ ਤੂੰ ਵਿੱਚ ਹੀ ਆ ਉਸ ਵੇਲੇ ਵਿੱਚ ਆ ਜ਼ਬਾਨ ਦਿੱਤੀ ਆਈ ਆ ਚਾਚਾ ਤੇ ਹੁਣ ਮੋੜ ਕਿਉਂ ਨੂੰ ਬੁਲੈਂਦੇ ਬੁਲੈਂਦੀ ਪਈ ਆ ਤੋਂ ਨਾ ਮੰਨਣਾ ਤੋਂ ਮੰਨਣਾ ਚਾਹ ਮੋੜ ਨਾ ਮੰਨੇ ਉਹ ਜੇ ਮੰਨਣਾ ਤੇ ਨਾ ਮੰਨਣਾ ਨਾਲ ਕਿਹੜੀ ਗੱਲ ਮੇਰੀ ਮਾਂ ਉਹ ਤੇ ਆਪਣੇ ਆਪ ਨਾਲ ਕੋਈ ਗੱਲ ਨਹੀਂ ਮੇਰੀ ਮਾਂ ਅਸੀਂ ਤਾਂ ਵਿਜ਼ਿਟ ਕਰਾਈ ਬੈਠੇ ਢੇ ਸਾਰੇ ਪਤਾ ਨਹੀਂ ਉਹ ਕੀ ਗੱਲਾਂ ਸੁਣਾਈ ਖਲੀ ਹੈ ਸਾਨੂੰ ਦੱਸ ਛੜਿਆ ਕੱਲ ਸ਼ਾਮ ਤਾਈਂ ਜਿਹੜੀ ਗੱਲ ਹੋਵੇ ਅਸੀਂ ਦੱਸਣਾ ਮੋੜ ਕੇ ਨਾ ਤੁਹਾਨੂੰ ਜੋ ਆਖਿਆ 14 ਨੂੰ ਤੁਸੀਂ ਜਾਂ ਲੈ ਕੇ ਆ ਜਾਵੇ ਅਗਲਾ ਮਾਪੇ ਕਰ ਲੈ ਸਭ ਤੁਸੀਂ ਜਾਓ ਉਹ ਰਾਤ ਤੁਸੀਂ ਉਹਨੇ ਗੱਲਾਂ ਨੂੰ ਛੱਡੋ ਅਗਰ ਤੂੰ ਮੇਰੀ ਨਾ ਨਾ ਮੰਨਸੇ ਤੇ ਮੋੜਾ ਬਿਰਾ ਤੂੰ ਵੀ ਤੂੰ ਹੱਥ ਧੋ ਬਸ ਇਹ ਮੈਂ ਤੈਨੂੰ ਵਾਹ ਜ਼ਿਆਦੀ ਪਈ ਹਾਂ ਇਹਦੀਆਂ ਗੱਲਾਂ ਕੱਲ ਨੂੰ ਇਸ ਬਿਰਾ ਦੀ ਮੌਤ ਦੀ ਜ਼ਿੰਮੇਵਾਰ ਤੂੰ ਬਣਸੇ ਹਾਂ ਵਾਰੇ ਸੇ ਚਲੋ ਹੁਣ ਸੁਣ ਲਈਆਂ ਨਹੀਂ ਹੁੰਦੀ ਪਈ ਤੂੰ ਪਿਆ ਨਾ ਮੋੜ ਮੋੜ ਜਾਂਦੀ ਵਿੱਚ ਸੁਣਦੀ ਪਈ ਹੈ ਆ ਜਿਹੜਾ ਤੇਰਾ ਬਿਰਾ ਹੈ ਇਹਦੀ ਮੌਤ ਦੀ ਜ਼ਿੰਮੇਵਾਰ ਤੂੰ ਹੋ ਸਹੀ ਆਦੀ ਪਈ ਹਾਂ ਇਸ ਕੀ ਮਰਾ ਛੜਨਾ ਹੈ ਅਯੋ ਜੀ ਗੱਲਾਂ ਬੰਦਾ ਫਦੀ ਜਾਂਦਾ ਕੱਲ ਨੂੰ ਫਦੀ ਜਾਵਾਂ ਜਦੋਂ ਮਾਂ ਪਿਓ ਨਹੀਂ ਮੰਨਦਾ ਮਣ ਆਪਣੀ ਮਰਜ਼ੀ ਕਰਨੀ ਚਾਹੀਦੀ ਹੈ ਦੀ ਕਹਿੰਦੇ ਨਾਲ ਦਿਲ ਦੀ ਗੱਲ ਕਰੇ ਤੁਹਾਨੂੰ ਹੀ ਦੱਸਣੀ ਆਈ ਨਾ ਮੈਂ ਇਹਦੇ ਨਾਲ ਸ਼ਾਦੀ ਕਾਹ ਨਹੀਂ ਕਰਨੀ ਦਾਦੀ ਸੋਹਣੀ ਆਖੀ ਹੈ ਸੋਹਣੇ ਦਿਲ ਦੀ ਕੀਤੀ ਹੈ ਤੇ ਹੋਰ ਕਿਹ ਨੂੰ ਦੱਸਾਂ ਕਿਸੇ ਗਵਾਰਡਣ ਨੂੰ ਜਾ ਕੇ ਦੱਸੇਂਦੀ ਤਾਂ ਤੁਸੀਂ ਲੜਨਾ ਮੇਰੇ ਨਾਲ ਹੋਰ ਨਾ ਕੀ ਆਖਣਾ ਪਿਓ ਦੀ ਘਰ ਚਾਹ ਇੱਜ਼ਤ ਹੈ ਹੋਰ ਬੰਦਾ ਕੋਈ ਨਹੀਂ ਰਹਿ ਗਿਆ ਉਹ ਗੱਲਾਂ ਆਉਂਦੀਆਂ ਵੱਜਿਆ ਜਹਾਨ ਤਾਂ ਮਰਨ ਦੀ ਮੇਰੇ ਕਣ ਮੁੱਕ ਗਏ ਜ਼ਬਾਨਾਂ ਆਉਂਦੀਆਂ ਵੱਜਿਆ ਦੀਆਂ ਮੈਨੂੰ ਕਿਉਂ ਲੱਗਦਾ ਹੈ ਬਾਬੇ ਇਸ ਨਾਲ ਕੋਈ ਕਾਲਾ ਤੇਰਾ ਆਪਣਾ ਕੋਈ ਜ਼ਾਤੀ ਨਾ ਨਾਲ ਤੱਲਾ ਕਰ ਜੇ ਤੂੰ ਮੈਨੂੰ ਦੇਵਣਾ ਚਾਹਨਾ ਉਹ ਹੁਣ ਬਣੇ ਬਤਰੀ ਹੋਇਆ ਮੈਂ ਉਹਨਾਂ ਨੂੰ ਕਿਤੇ ਚੈੱਕ ਛੱਡਾਂ ਬਣੇ ਬਤਰੀ ਹੋਏ ਮੈਂ ਉਹਨਾਂ ਨੂੰ ਆਖੀ ਹੋਈ ਮੈਂ ਕਿਵੇਂ ਮੁੱਕਰ ਜਾਵਾਂ ਓਏ ਆਖੀ ਹੋਏ ਮੈਂ ਕੋ ਭੇੜ ਬੱਕਰੀਆਂ ਬਾਲੀ ਬਲਵਾਨ ਦੇ ਛੜੀ ਦੱਦਿਆ ਜੇ ਮੇਰੀ ਵੀ ਜ਼ਿੰਦਗੀ ਮੇਰੀ ਵੀ ਲਾਈਫ ਹੈ ਰੁਕਦੀ ਤਾਂ ਪਈ ਮੈਂ ਖਪਲੋ ਦਾ ਮਾਵਾ ਦੀਆਂ ਸਮਝ ਆ ਗਈ ਮੈਂ ਉਹਨਾਂ ਨੂੰ ਆਖ ਛੱਡਿਆ
ਉਹ ਨਜਾਇਜ਼ ਲੈ ਕੇ ਆ ਜਾਣਾ ਤੇਰਾ ਬੋਟ ਮੈਂ ਵੇਖ ਸਕਦਾ ਅੱਬਾ ਮੈਂ ਆ ਦੀ ਪੇ ਜਿਹੜੀ ਉਸਨੇ ਬੇਇੱਜ਼ਤੀ ਆਉਣੀ ਆਈ ਨਾ ਉਸ ਤੋਂ ਬਿਹਤਰ ਹੀ ਖਲੋਰਾ ਇਹਨਾਂ ਨੂੰ ਆਖੋ ਰਜਾਂਜ ਕੋਈ ਨਾ ਲੈ ਕੇ ਅੱਬਾ ਜੀ ਤੁਸੀਂ ਮੰਨ ਜਾ ਹਾਂ ਤੂੰ ਹੀ ਖਲੋਰਾ ਹੋ ਜੋ ਨਹੀਂ ਮੰਨਦੀ ਪਰ ਤੂੰ ਯਾਰ ਨਾ ਚੱਕ ਮੈਨੂੰ ਇਹ ਬਦਤਮੀਜ਼ੀ ਦਾ ਬਰਦਾਸ਼ਤ ਇੱਕ ਪਿਓ ਦੇ ਅੱਗੇ ਬੋਲ ਪਈ ਹੈ ਉਹ ਬਦਤਮੀਜ਼ੀ ਬਰਦਾਸ਼ਤ ਨਾ ਤੂੰ ਤੋਸੀ ਜਿਸ ਦੀਵਾਰ ਜਾਂ ਜਾਈ ਤੂੰ ਠੀਕੇ ਗਈ ਅਸਮਤ ਲਿਖ ਦੱਸਾਂ ਮੈਂ ਹੁਣ ਸੋਚ ਸਿੱਖ ਲੈਣਾ ਤੇ ਮੈਂ ਫੜ ਦੋ ਮਾਂ ਦੀ ਕਣ ਜਿਹੜੀ ਨਾ ਮੈਂ ਇਹ ਮਾਰ ਘਾਤ ਨਾ ਮੇਰਾ ਪਿਓ ਉਹ ਬਰਦਾਸ਼ਤ ਮਾਰ ਘਾਤ ਤੂੰ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਕੀ ਹਾਲ ਹੈ ਜੀ ਉੱਠ ਪੁੱਤ ਲੱਗ ਜਾ ਕੀ ਹਾਲ ਹੈ ਬਾਹਰ ਲਾ ਜਦੋਂ ਭੈਣ ਵੀਰਾ ਬਾਹਰ ਲੱਗ ਜਾ ਬੇੜਾ ਖੇਲੂਆ ਭੌਕਾ ਬਖਾਵਣਾ ਇਸੇ ਮੈਂ ਤਾਂ ਮੁੱਛਿਕਦਾ ਜੂ ਆ ਚੱਕ ਲੈ ਜਾ ਬਾਹਰ ਚਲੋ ਮਿਹਰਬਾਨੀ ਜੀ ਮੈਂ ਜੀ ਕਮੋਕੇ ਨਾਲ ਚੱਕ ਨਹੀਂ ਜੀ ਹਾਂ ਉਹਦੇ ਵਿੱਚ ਆਇਆ ਜੀ ਤੇ ਮੁਰਸਾ ਮਾ ਗਾ ਗਾ ਦੇ ਦਾਣੀ ਆਇਆ ਬੂਆ ਤੇ ਖੜਕਾ ਮੈਂ ਮੈਂ ਤੈਨੂੰ ਪਤਾ ਲੱਗਿਆ ਵੀ ਕੌਣ ਹੈ ਬਾਹਰ ਉਹ ਜੀ ਮੈਂ ਤਾਂ ਇਸ ਕਰ ਵਾਸਤੇ ਆਇਆ ਵੀ ਕੋ ਤੁਹਾਨੂੰ ਸੁਣਿਆ ਵੀ ਕਿਨੇ ਰੋਕ ਦੀ ਲੋੜ ਹੀ ਨਹੀਂ ਉਸ ਕਰ ਵਾਸਤੇ ਆਇਆ ਜੀ ਮਾਜ਼ਰਤ ਮੈਂ ਨਾ ਪਤਾ ਜੀ ਹਾਂ ਤੇ ਗਲਤ ਕਰਦੀ ਪਈਆਂ ਮਰਾਤ ਮੈਂ ਆਖਿਆ ਵੀ ਆਮ ਕਰਾ ਕੇ ਰੱਖ ਲਈਏ ਬੂੜਾ ਬੰਦਾ ਮੈਥੋਂ ਪਰਿੰਦਾ ਕੋਈ ਨਹੀਂ ਤੇ ਨਾਲੇ ਦੇ ਗੂਰੇ ਪਿਛੋ ਦਾ ਪਤਾ ਕੋਈ ਨਹੀਂ ਬੋਲੇ ਕਿਵੇਂ ਇਹਨੂੰ ਰੱਖ ਲਈ ਜੀ ਕਮੋਕਿਆਂ ਦੇ ਚੱਕਦਾ ਜੀ ਹਲਾ ਤੇ ਕਮੋਕਾਂ ਇਹ ਕਿਹੜਾ ਗੂਰੇ ਤੇ ਕਿਹੜਾ ਪਿਛੂਰਾ ਜੀ ਸਾਰੇ ਕਮੋਕੇ ਉੱਤੇ ਬੈਠੇ ਨੇ ਹੋਰ ਪਤਾ ਕਰਨ ਲੈ ਤੇ ਆ ਜੀ ਜੀ ਪਤਾ ਕਰਾ ਦਿਸਾਂ ਕਿਹੜਾ ਦਾ ਪੁੱਤ ਨੇ ਮੈਨੂੰ ਪਤਾ ਲੱਗੇ ਪੁੱਤ ਅਫਜ਼ਲ ਦਾ ਅਫਜ਼ਲ ਦਾ ਤੁਸੀਂ ਕੋਈ ਨਹੀਂ ਹੁੰਦਾ ਅੱਛਾ 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 ਅਫਜ਼ਲ ਅਫਜ਼ਲ ਕਿਹੜਾ ਅਫਜ਼ਲ ਤਾਂ ਕੋਈ ਨਹੀਂ ਜਾਣਦਾ ਪਤਾ ਕੋਈ ਨਹੀਂ ਜਾਣਦੀ ਪਤਾ ਨਹੀਂ ਤੂੰ ਜਾਣਦਾ ਉਸੇ ਮੈਂ ਤਾਂ ਕੋਈ ਨਹੀਂ ਪਤਾ ਕਿਹੜੇ ਕਮੋਕੇ ਤੇਰੇ ਪੇਕੇ ਕਮੋਕੇ ਚਾਕੀ ਰਾਂਦੇ ਨੇ ਤੂੰ ਕੋਈ ਨਹੀਂ ਜਾਣਦੀ ਮੈਂ ਕੋਈ ਨਹੀਂ ਜਾਣਦੀ ਕੀ ਪਤਾ ਕੋ ਸੀ ਅਫਜ਼ਲ ਮੈਂ ਤਾਂ ਨਹੀਂ ਅੱਛਾ ਅੱਛਾ ਤੇ ਕੀ ਕੰਮ ਸ਼ਮ ਕਰ ਲੈਣਾ ਜਿਹੜਾ ਕੰਮ ਆ ਖੁਜ ਮੈਂ ਤਾਂ ਕਰਨ ਨੂੰ ਤਿਆਰ ਆ ਭਈਓ ਪੱਠਾ ਫੜਾ ਹੀ ਕਰਨਾ ਹੈ ਜਾਂ ਕੋ ਡੋਰਾ ਦੀ ਕਰਨੀ ਹੈ ਦਾਤਾ ਪਕੜਨਾ ਮੈਂ ਆਦਾ ਨੌਕਰ ਹੋਵੇ ਜਿਹੜਾ ਆਪਣੇ ਮਾਲਕ ਤੇ ਕੁਰਬਾਨ ਹੋ ਜਾਵੇ ਮਾਲਕ ਜਿਹੜੀ ਕੁਰਬਾਨੀ ਮੰਗੇ ਨੌਕਰ ਦੇਵਨ ਦਾ ਹੱਕਦਾਰ ਹੋਵੇ ਜਿਹੜਾ ਆਖੇ ਨਾ ਮੇਰੀ ਇਮਾਨਦਾਰੀ ਜਿਵੇਂ ਦੇ ਲੈਂਦੇ ਜੀ ਸਬੂਤ ਤੁਸੀਂ ਕਰਾ ਲਵਿਆ ਮੇਰੀ ਵਫਾ ਸਬੂਤ ਕਰਾ ਲਵਿਆ ਜੀ ਮੈਂ ਬਹੁ ਵਫਾ ਕਰਨ ਵਾਲਾ ਬੰਦਾ ਮੇਰਾ ਖਿਆਲ ਹੈ ਅੱਗੇ ਕੰਮ ਵਾਲੇ ਹਨ ਅੱਬਾ ਹੋਰ ਕੰਮ ਵਾਲੇ ਦੀ ਲੋੜ ਉਹ ਨਾਸ ਗਿਆ ਮੇਰਾ ਪੁੱਤਰੋ ਉਹ ਨਾਸ ਗਿਆ ਹੁਣ ਮੈਂ ਮੋੜ ਪਿੱਛੇ ਇੱਕ ਦੂਰ ਦਾ ਪੈ ਗਿਆ ਬੂਏ ਸ਼ਕਲੂ ਤਾਂ ਚੌਣ ਖਾਂਦੇ ਪਿੰਦੇ ਘਰ ਦਾ ਲੱਗਦਾ ਇਸ ਕੋਲ ਕੀ ਦੇਵਣੀ ਕੰਮ ਦਾ ਸ਼ਕਲ ਦੇ ਕੀ ਰੱਖਿਆ ਜੀ ਕੰਮ ਪੀਵਣ ਤਾਂ ਹਰ ਕੋਈ ਮੋੜ ਖਾਂਦਾ ਪਿੰਦਾ ਹੀ ਵਧਾ ਹੈ ਤੇ ਦਾਰ ਕਿਵੇਂ ਕਰ ਸਕ ਖਲੋ ਕੇ ਮੇਰਾ ਪੁੱਤ ਅਈ ਤੇ ਤਬੀਬ ਨਾ ਥਾਇਆ ਕੋਈ ਨਾ ਉਹ ਜੀ ਮੈਂ ਐਂ ਬੈ ਕਰ ਲੈਨੋ ਨਾ ਇੱਥੇ ਚਾਕੜੀ ਦੀ ਵਿਆਜੀ ਮੇਰੇ ਬੜੇ ਅੱਲਾ ਸਾਹਿਬ ਨੇ ਬੜੇ ਬਖਤ ਲਾਏ ਹੋਣ ਜੀ ਜਿੱਤੇ ਜਿੱਤੇ ਮੈਂ ਆਈ ਤਾਂ ਗਿਆ ਨਾ ਹਾਂ ਅੱਲਾ ਉਹਨਾਂ ਨਾ ਐ ਰੰਗ ਲਾ ਦਿੱਤੇ ਤੁਹਾਨੂੰ ਮਹਿਸੂਸ ਹੋ ਸੀ ਕਿ ਕੋਈ ਬੰਦਾ ਅਜੇ ਤੁਹਾਡਾ ਕੰਮ ਕੀਤਾ ਬੋਲ ਮੇਰਾ ਪੁੱਤ ਛੋੜਾ ਕਿਉਂ ਹੀ ਉੱਥੋਂ ਬਖਤ ਵਾਲਾ ਬੰਦਾ ਘਰ ਆ ਗਿਆ ਤੁਹਾਨੂੰ ਕੱਢਣ ਦਾ ਦਿਲ ਹੀ ਨਹੀਂ ਆਇਆ ਜੀ ਮੇਰਾ ਐਕਸੀਡੈਂਟ ਹੋ ਗਿਆ ਤੇ ਆ ਮੇਰੇ ਲੱਤਾਂ ਡਿੰਗੜੀ ਜੀ ਇਸ ਤੂੰ ਜੀ ਮੁੜ ਅਗਲੇ ਆਖਿਆ ਉੱਤਰ ਮੈਂ ਥੋਂਦਾ ਨਾ ਜੀ ਹੋਰ ਕਿਹੜਾ ਆ ਵੀ ਕੋਈ ਤੇ ਮੇਰਾ ਪੁੱਤਰ ਤੂੰ ਹੋਰ ਕੋਈ ਸੌਖਾ ਕੰਮ ਲਾਵੇ ਤੂੰ ਡੰਗਰਾ ਵਾਲਾ ਜ਼ਰੂਰ ਕਰਨਾ ਓਏ ਬਾਏ ਚੋਰ ਚਿੱਤੋ ਰੇਸ ਕੋਲ ਕੰਮ ਕੀ ਦੇ ਮੈਂ ਕਰ ਲਈ ਸੰਜੀ ਇੱਕ ਅਜ਼ਮਾ ਕੇ ਤੇ ਮੈਨੂੰ ਵੇਖੋ ਜੀ ਜਿਹੜਾ ਜਿਹੜਾ ਕੰਮ ਅਕਸ ਮੈਂ ਤਾਂ ਕਰਸਾਂ ਜਿਵੇਂ ਉਹ ਬੋਖਰ ਦਿਵਾ ਲੋ ਘਰ ਤੱਕ ਕਰਾ ਲੋ ਭਾਂਡੇ ਦਿਵਾ ਲੋ ਨਹੀਂ ਨਹੀਂ ਘਰ ਦਾ ਆਇਆ ਨਾ ਸੋ ਮਾਲ ਵਾਸਤੇ ਬੰਦਾ ਰੱਖਣਾ ਉਹ ਵੀ ਆਂਦਾ ਵੀ ਮੈਂ ਹੁਣ ਵਡੇਰਾ ਹੋ ਗਿਆ ਤੇ ਮੈਥੋਂ ਧਾਰ ਨਹੀਂ ਨਿਕਲਦੀ ਆ ਮਗਰੀ ਨਹੀਂ ਚਿੰਦੀ ਹੋਈ ਤਾਂ ਵੀ ਘਰ ਲੈਂਦਾ ਗੋਆ ਜੋ ਆ ਤੋ ਜਾਜ ਲੈਂਦਾ ਚਲੋ ਜਿਹੜਾ ਸੌਖਾ ਸੌਖਾ ਹੁੰਦਾ ਕੋ ਜੇ ਕਰੇ ਸੀ ਬਰਾਤ ਦਾ ਵੀ ਕੋਈ ਨਹੀਂ ਮੈਂ ਨਾ ਦੋ ਟਾਈਮ ਦੀ ਰੋਟੀ ਦੇ ਸਟਿਆ ਹਾਂ
ਸ਼ਕਲੂ ਵੀ ਮਾਸ਼ਾਅੱਲਾ ਚੰਗੇ ਭਲੇ ਘਰ ਚੰਗੇ ਘਰ ਦੇਖੀ ਗੁਰਬਤ ਨਹੀਂ ਹੁੰਦੀ ਚੰਗੇ ਘਰ ਵਾਲੇ ਆ ਜਾਂਦੀ ਤੇ ਉਹਨੇ ਕੌਣ ਦੱਸੇ ਕੌਣ ਕਮੋਕਾ ਅੱਬਾ ਤੈਨੂੰ ਪਤਾ ਹੈ ਕਮੋਕੇ ਬੜੇ ਭਰਕਲੇ ਬੰਦੇ ਨਾ ਉਹ ਗਰੀਬ ਵਿਸ਼ੋ ਦੇ ਬੈਠੇ ਸਾਡੇ ਵਰਗੇ ਵੀ ਹੈ ਜੀ ਕੋਈ ਸਾਰੇ ਨਹੀਂ ਭਰਕਲੇ ਜੀ ਹਾਂ ਤੁਹਾਨੂੰ ਕੀ ਪਤਾ ਤੁਸੀਂ ਤਾਂ ਘਰ ਤਵਾਰ ਕਦਾ ਵੀ ਕੋਈ ਰੱਖਣਾ ਨਾ ਨਹੀਂ ਕੀ ਪਤਾ ਇਹ ਬਿਲਡਿੰਗ ਤੁਹਾਡੀ ਹਾਂ ਇਹ ਮੇਰੇ ਅੱਛਾ ਮਾਸ਼ਾਅੱਲਾ 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 ਚਗਾਂ ਸਾਡੇ ਨਾਲ ਕਰਨੀ ਤੂੰ ਉਹਦੇ ਤੂੰ ਕੀਤੀ ਨਹੀਂ ਨਹੀਂ ਉਹ ਜੋ ਲੱਤ ਲੱਪੇ ਦਾ ਇਸ ਗੋਲੀ ਛੋੜੀ ਕੇ ਲਿਆ ਦੇ ਵਿੱਚ ਆ ਬਣਾ ਦੇ ਨਹੀਂ ਮੈਂ ਆਪੇ ਬਣਾ ਲੈਣਾ ਚਾਹੀਏ ਤੂੰ ਇਹਨ ਕਰ ਨਾ ਮੈਨਾਂ ਤੂੰ ਕਰ ਤੇਰਾ ਕੰਮ ਵਿਕਸਾ ਹੈ ਜੇ ਪਸੰਦ ਆਇਆ ਨਾ ਠੀਕ ਹੈ ਹੋਰ ਤੇ ਨਾ ਬਰਾਤ ਬਣਾ ਮਨਜ਼ੂਰ ਹੈ ਜੀ ਮੈਂ ਮਨਜ਼ੂਰ ਅੱਛਾ ਤੇ ਮੁੰਡ ਰੱਖੂਂ ਤੇ ਮੋੜ ਹਮਾ ਨਾ ਮੋੜ ਕੀ ਬੰਦਾ ਆਇਆ ਤੇ ਕਿਸੇ ਆਸ ਤੇ ਬੂਹੇ ਤੇ ਆਇਆ ਇੱਕ ਮੇਰੀ ਗੱਲ ਸੁਣ ਲੈ ਅੱਲਾ ਵੀ ਰਾਜ਼ੀ ਹੁੰਦਾ ਵੀ ਜਿਹੜਾ ਉਹ ਮੇਰਾ ਬਿਮਾਰ ਤੇ ਮੁਤਾਜ ਉਸ ਦੀ ਉਲਟਾ ਕਰਨੀ ਚਾਹੀਦੀ ਹੈ ਹਾਂ ਉਹ ਦੱਸਦਾ ਵੀ ਐਕਸੀਡੈਂਟ ਹੋਇਆ ਹੋਇਆ ਚਲੋ ਉਲਟਾ ਮਤਲਬ ਅਸੀਂ ਕਹੇ ਕਿ ਸਾਡੀ ਕੀ ਔਕਾਤ ਅਸੀਂ ਉਹਨਾਂ ਕਾ ਸ਼ਦੇ ਵੀ ਲੇਕਿਨ ਇਹ ਵੇਖੇ ਤੂੰ ਵਗ ਗਿਆ ਮੈਂ ਆਖਿਆ ਠੀਕ ਹੈ ਤੂੰ ਰਾਹ ਪਾਓ ਨਹੀਂ ਰੋਟੀ ਖਾਣੀ ਹੈ ਨਹੀਂ ਮੈਂ ਆਪੇ ਕਰ ਲਈ ਸਹੀ ਜਿਹੜਾ ਕੁਝ ਅੱਬੂ ਸਾਡੇ ਘਰਾਂ ਦੇ ਵਿੱਚ ਨਹੀਂ ਪਤਾ ਰਾਹ ਕੀ ਲੈਂਦੇ ਗਿਲਾਸ ਦੋਦਾ ਨਹੀਂ ਤਾਂ ਰਾਤੀ ਚੁੱਪ ਕਰਕੇ ਤੇ ਖਾ ਲਈ ਦੋਦ ਦਮੀ ਕੱਪ ਚਾਹ ਦੇ ਨਾਲ ਫੁਲਕਾ ਲੈ ਲਿਆ ਤੇ ਮੁੜ ਹਰ ਬੰਦਾ ਆਪਣੇ ਘਰ ਦਾ ਹਿੱਲੇ ਹੁੰਦਾ ਪਤਾ ਨੀ ਪਰਾਠੇ ਖਾਂਦਾ ਕਿਵੇਂ ਦਾ ਖਾਂਦਾ ਨਹੀਂ ਮੈਂ ਗਿਲਾਸ ਦੋਦ ਪੀ ਲਈ ਪਰਾਠੇ ਖਾਂਦਾ ਹੁੰਦਾ ਤਾਂ ਮੋੜੇ ਸ਼ੋ ਦੇ ਕੰਮ ਤੇ ਆਉਣਾ ਰੋਟੀ ਸੋਹਣੇ ਤੰਦੂਰ ਤੇ ਪਕਾ ਦੇ ਜੀ ਜੀ ਮਰਜ਼ੀ ਦੇ ਸਟੇ ਨਾ ਵੀ ਦਿਓ ਤੇ ਕੋਈ ਨਹੀਂ ਛੱਡਿਆ ਦਮੇ ਗਿਲਾਸ ਲੱਸੀ ਦਾ ਚ ਦਿੱਤਾ ਦੋ ਰੋਟੀਆਂ ਚ ਦਿੱਤੀਆਂ ਠੀਕ ਹੈ ਜੀ ਹੁਕਮ ਕਰੋ ਜਿਹੜਾ ਕੰਮ ਕਰਨਾ ਮੈਂ ਕੰਮ ਤੇ ਲੱਗਦਾ ਨਹੀਂ ਅੱਜ ਤੂੰ ਮੁੜ ਬਾ ਆਰਾਮ ਕਰ ਤੇ ਠਹਿਰ ਕੇ ਮੁੜ ਤੈਨੂੰ ਅੰਦਾ ਦੂਆ ਛੂਰ ਤੈਨੂੰ ਵਿਖਾਂਦਾ ਚਾਹ ਪੀ ਸੋ ਚਾਹ ਨਹੀਂ ਨਹੀਂ ਚਾਹ ਤਾਂ ਹੁਣ ਅੱਗੇ ਪੀ ਚਾਹ ਮੈਂ ਪਕਾ ਦੇਣਾ ਮੇਰੇ ਹੱਥ ਦੇ ਕੇ ਪੱਕੀ ਪੀ ਉਸੇ ਅੱਬਾ ਚਾਚਾ ਨੂਰਾ ਵੀ ਆਇਆ ਆਇਆ ਸੱਦਣ ਪਤਾ ਨਹੀਂ ਉਹ ਕੀ ਆਦਾ ਆਈ ਹਾਂ ਤਾਂ ਚੱਲ ਮੈਂ ਜਾਵਣਾ ਹੀ ਉਹਦੇ ਲੱਗਿਆ ਤੂੰ ਤੇ ਠੀਕ ਹੈ ਮੋਰ ਤੂੰ ਬਾਓ ਖੈਰ ਹੋਵੇ ਇਨਸ਼ਾਅੱਲਾ ਮੋਰ ਹਿਸਾਬ ਕਿਤਾਬ ਲੈਣੇ ਆ ਤੁਹਾਡਾ ਹਾਂ ਇਹ ਚੀਜ਼ ਹੈ ਮੋਰ ਦੇਖੇ ਨਾ ਜੇ ਅੱਲਾ ਪਾਕ ਕਿਸੇ ਦਾ ਆਸਰਾ ਬਣੂ ਹੋਵੇ ਨਾ ਤਾਂ ਅਹੀਂ ਢੇਰ ਕਾਇ ਲੱਗਦੀ ਉਸ ਦਾ ਕਿਸੇ ਆਸਤੇ ਤਾਂ ਆਇਆ ਚਲੋ ਤੂੰ ਬਾ ਮੈਂ ਅੰਦਾ ਪਿਆ ਮਾਜ਼ੂਰ ਹੈ ਕਰਨਾ ਵਾ ਵਾ ਮੈਂ ਅੰਦਾ ਪਿਆ ਅੰਮਾ ਤੋਂ ਮੇਰੀ ਗੱਲ ਦੀ ਸ਼ਾਇਦ ਮਜ਼ਾਕ ਕਰ ਗਈ ਸਮਝ ਗਈ ਤੇ ਲਾਈਟ ਲਾਇ ਗਈ ਮੈਂ ਤੋਂ ਨਾ ਦੀ ਪਈ ਆ ਵੀ ਮੈਂ ਉਸ ਨਾਲ ਨਿਕਾਹ ਕੋਈ ਨੂੰ ਕਰਨਾ ਉਸ ਦੀ ਵਾਰ ਉਹ ਨਾ ਹੋਵੇ ਕਿ ਇੱਥੋਂ ਤੇਰੀ ਧੀ ਦੀ ਬਜਾਏ ਨਾ ਜਨਾਜ਼ਾ ਤੇਰੀ ਧੀ ਦਾ ਜਾਂਦਾ ਪਿਆ ਮੈਂ ਤਾਂ ਖਪਦੀ ਪਈ ਆ ਨੋ ਵੇ ਨਾ ਕਰ ਨਾ ਤੂੰ ਕੋਈ ਨੂੰ ਨਾ ਖਪਦੀ ਪੇ ਚੁੱਪ ਕਰਕੇ ਬੈਠੀ ਮੈਂ ਤਾਂ ਜ਼ੁਕਾਮ ਲਗਾ ਮੇਰੇ ਤਾਂ ਸਿਰ ਨੂੰ ਪੀੜੇ ਬੋਲੀ ਤਾਂ ਐ ਕਾਇਦਾ ਬੋਲੀ ਕਾਇ ਨਹੀਂ ਬੋਲੇ ਬੂਹੇ ਤੇ ਖਲੋ ਕੇ ਧਮਕੀ ਦਿੰਦਾ ਪਿਆ ਵੇਖ ਲਸਾਂ ਤੈਨੂੰ ਮੁੜ ਤੇਰਾ ਪਿਓ ਜਵਾਂ ਦੇ ਨਾਲ ਰੜਿਆ ਖੜਾ ਮੈਂ ਮੜ ਉੱਥੇ ਕੀ ਕਰਾਂ ਤੋਏ ਉਸ ਦੇ ਅੰਮਾ ਖਲੋਣਾ ਜਿਸ ਲਈ ਤੇਰਾ ਆਪਣਾ ਹੀ ਘਰ ਉੱਜੜ ਜਾਵਣਾ ਅੱਬੇ ਦੀ ਆਪਣੀ ਉਸ ਦੀ ਪਿਤਰੇਰ ਦੇ ਨਾਲ ਸੈਟਿੰਗ ਗਈ ਮੈਂ ਤੈਨੂੰ ਆਦੀ ਪਈ ਆਂ ਮੇਰਾ ਨਾ ਕੀਤੀ ਖਲੀ ਸਾਡੀ ਇਹ ਗੱਲ ਮੁੱਕ ਗਈ ਆ ਮੈਂ ਜਵਾਬ ਦੇ ਛੱਡਿਆ ਔਰ ਤੂੰ ਇਹ ਕੀ ਕਰਕੇ ਆਇਆ ਕੀ ਆਖਿਆ ਸਬੂਤ ਤੇ
ਵੇਖਦਾ ਪਿਆ ਮੈਂ ਮੰਨ ਗਈ ਆ ਕਿ ਤੂੰ ਬਹੁਤ ਪਿਆਰ ਕੀਤਾ ਨਹੀਂ ਨਹੀਂ ਮੈਂ ਤੈਨੂੰ ਨਹੀਂ ਵੇਖ ਸਕਦੀ ਆਖਿਆ ਨਾ ਮੈਂ ਤੇਰੀ ਨੌਕਰੀ ਦੇ ਕੇ ਮੈਨੂੰ ਉਹ ਮੁਹੱਬਤ ਨਹੀਂ ਚਾਹੀਦੀ ਜਿਸ ਦੇ ਵਿੱਚ ਤੈਨੂੰ ਮੇਰੀ ਗੁਲਾਮੀ ਕਰਨੀ ਚਾਹੀ ਕਰਨੀ ਪਵੇ ਮੈਨੂੰ ਉਹ ਚਾਹੀਦੀ ਕਿ ਮੈਂ ਤੇਰੀ ਖਿਦਮਤ ਕਰਾਂ ਜਿਸ ਤੂੰ ਮਨ ਵੀ ਹੋਣ ਗਈ ਉਹਨਾਂ ਤੇ ਇਹ ਕਰੀ ਨਹੀਂ ਮੈਂ ਵੀ ਤੇ ਮੈਂ ਤੇਰੇ ਨਾਲ ਕਿਦਾਂ ਮੈਂ ਮਨ ਨਾਲ ਮੁਹੱਬਤ ਹੈ ਨਹੀਂ ਲੇਕਿਨ ਮੈਥੋਂ ਇਤੇ ਰੁਲਦਾ ਨਹੀਂ ਵੇ ਤੂੰ ਕਿਵੇਂ ਗੋਏ ਦੇ ਵਿੱਚ ਕੀ ਕਰਸੇ ਨਹੀਂ ਕੰਮ ਕਰਸਾਂ ਤੇਰੀ ਕਹਿ ਆਖਿਆ ਕਿ ਸਾਨੂੰ ਬੰਦਾ ਚਾਹੀਦਾ ਕੰਮ ਵਾਲਾ ਜੁੜਨ ਵਾਲੇ ਤਾਂ ਸੱਚਾ ਖੁਦਾ ਵੀ ਜੁੜ ਲੈਂਦੇ ਨਾ ਚੁੱਪ ਕਰ ਕੰਮ ਵਾਲਾ ਨੀ ਲੱਗਦਾ ਪਿਆ ਆਖਿਆ ਨਾ ਬਸ ਕਰ ਕੋਈ ਨੀ ਮੈਂ ਮੰਨ ਗਏ ਮੈਨੂੰ ਯਕੀਨ ਹੋ ਗਿਆ ਨਹੀਂ ਤੂੰ ਰਹੋ ਲੇਕਿਨ ਇੰਜ ਨਹੀਂ ਜਿਵੇਂ ਬਣ ਕੇ ਤੇਰੀ ਇਹ ਜਗ੍ਹਾ ਨਹੀਂ ਹੈ ਤੇਰੀ ਜਗ੍ਹਾ ਤੇ ਇੱਥੇ ਜਗ੍ਹਾ ਤੇਰੀ ਮੇਰੇ ਦਿਲ ਵਿੱਚ ਸਿਰ ਤੇ ਇੰਜ ਜਿਵੇਂ ਮੱਥੇ ਤੇ ਤਾਜ ਆਉਂਦਾ ਬਿਰਾ ਹੈ ਮੇਰਾ ਅਸਲਾਮ ਅਲੈਕੁਮ ਕੀ ਹਾਲ ਹੈ ਠੀਕ ਹੋ ਬਾਲੀ ਮਾਇਆ ਕਿਨਾਇਆ ਮੂੰ ਪਾਂਡਾ ਧੋ ਦਿਓ ਹੂੰ ਬੋਲਾ ਕਿ ਬਈ ਜਿਹੜੀ ਦੁਪਹਿਰ ਨੂੰ ਮਿਲਦੀ ਹੈ ਮਾਜੀ ਉਹ ਨਾ ਮੈਂ ਚੋਰ ਹੈ ਚੱਲ ਮੈਂ ਧੋ ਦਿੰਦਾ ਚੱਲ ਆ ਜਾ ਉਠੀ ਨਹੀਂ ਤੁਸੀਂ ਬਾਬਾ ਮੈਂ ਕਰ ਦੇਣੀ ਹੈ ਨਹੀਂ ਨਹੀਂ ਮੈਂ ਕਰ ਲੈਣਾ ਆ ਜਾ ਆ ਜਾ ਉਹ ਮੈਂ ਆਈ ਤੂੰ ਤੁਹਾਡਾ ਕੰਮ ਵਾਲਾ ਨਾ ਕਰੋ ਨਾ ਤੁਸੀਂ ਕਿਉਂ ਤਕਲੀਫ ਦੇਣਾ ਮੈਂ ਆਖਿਆ ਹੀ ਨਾ ਐਸਾ ਕੋਈ ਕੰਮ ਨਾ ਕਰਿਆ ਜਿਸ ਵਿੱਚ ਮੇਰੀ ਰੂਹ ਨੂੰ ਤਕਲੀਫ ਹੋਵੇ ਤੁਸੀਂ ਮੈਨੂੰ ਅਜ਼ੀਅਤ ਦੇ ਰਹੇ ਹੋ ਇਹ ਚੀਜ਼ ਮੈਨੂੰ ਨਹੀਂ ਅੱਛੀ ਲੱਗ ਰਹੀ ਮੇਰੇ ਘਰੇ ਨੌਕਰ ਬਣ ਕੇ ਆ ਗਏ ਹੋ ਮੰਨ ਗਈ ਹਾਂ ਇੱਕ ਮਰਦ ਮੁਹੱਬਤ ਦੀ ਖਾਤਰ ਕੁਝ ਵੀ ਕਰਨ ਨੂੰ ਤਿਆਰ ਹੈ ਇੱਕ ਮਰਦ ਉਹ ਮੈਨੂੰ ਪਾਵਣ ਪਿੱਛੇ ਉਹ ਪਤਾ ਨੀ ਕੀ ਕੀ ਜਨੂਨ ਆਪਣੇ ਵਿਖਾਈਂਦਾ ਪਿਆ ਉਹਨੂੰ ਔਰਤ ਦੇ ਪਿਆਰ ਤੇ ਜਜ਼ਬਾਤ ਦੀ ਕਦਰ ਹੀ ਕੋਈ ਨੀ ਦਿਮਾਗ ਖਰਾਬ ਹੋ ਗਿਆ ਮੇਰਾ ਤਾਂ ਕੀ ਹੋਇਆ ਮੇਰਾ ਬਿਆਹ ਆਉਂਦੀ ਫਜ਼ੂਲ ਬਕਵਾਸ ਸੁਣ ਸੁਣ ਕੇ ਕੀ ਕਾਰ ਕੀਤੀ ਐ ਇਸੋ ਕੁਝ ਨਹੀਂ ਹੁੰਦਾ ਆ ਕੁਝ ਨਹੀਂ ਹੁੰਦਾ ਬੋਲਾਂ ਦੇ ਜਿਤਨੀ ਉਹ ਬੋਲਦੀ ਬਸ ਕਰ ਮੇਰੀ ਭੈਣ ਆਈ ਲਾਏ ਵਰਕਾ ਐਵੇਂ ਸਮੇਂ ਪਾੜ ਛੱਡ ਲਾ ਕਿਉਂ ਲਾਣਾ ਤੇ ਹੀ ਉਹ ਰਿਸ਼ਤਾ ਲਾਵਣਾ ਮੈਂ ਤਾਂ ਹਾਲੀ ਤੇ ਲਾਣਾ ਹਾਂ ਮੇਰਾ ਬਿਰਾ ਲਾਵਣਾ ਤੇਰਾ ਦਿਮਾਗ ਖਰਾਬ ਹੋ ਗਿਆ ਉਹ ਜਿਹੜੀ ਦੀ ਭੈਣ ਮਾਂ ਪਿਓ ਦੇ ਮੂੰਹ ਤੇ ਬੋਲ ਜਾਵੇ ਨਾ ਵੀ ਮੈਂ ਇਦੇ ਨੂੰ ਕਰਿੰਦੀ ਮੈਂ ਇਦੇ ਨੂੰ ਕਰਿੰਦੀ ਤੇ ਮੇਰਾ ਜਵਾਬ ਹੈ ਤੇ ਮੈਂ ਫਲਾਣ ਕਰ ਛੱਡਨੀ ਤੇ ਮੈਂ ਜ਼ਹਿਰ ਖਾ ਛੱਡਨੀ ਹੈ ਇਹਦਾ ਕੀ ਮਤਲਬ ਹੈ ਕਿਦੇ ਰਲੀ ਹੋਈ ਹੈ ਮੇਰਾ ਬਿਰਾ ਮੈਨੂੰ ਇਹ ਦੱਸ ਉਹ ਜ਼ੁਬਾਨ ਦੀ ਹੈ ਸੱਚੀ ਉਹ ਮੂੰਹ ਦੇ ਉੱਤੇ ਗੱਲ ਕਰ ਛੱਡਦੀ ਹੈ ਮੂੰਹ ਦੇ ਉੱਤੇ ਕਰ ਛੱਡਦੀ ਹੈ ਵੀ ਮੇਰੇ ਆਏ ਕਾਰਨਾਮੇ ਹੀ ਨੇ ਤੇ ਮੈਂ ਤੇਰੇ ਨਾਲ ਨਹੀਂ ਪਰਨੀਂਦੀ ਹੌਸਲਾ ਰੱਖ ਮੇਰਾ ਬਿਰਾ ਜਦੋਂ ਪਰਨੀ ਕੇ ਆ ਗਈ ਨਾ ਆਪੇ ਤੇਰੇ ਉੱਤੇ ਦਾ ਦਿਲ ਆ ਵਈ ਸੀ ਹੌਸਲਾ ਰੱਖਦਾ ਮੇਰੀ ਗੱਲ ਤਾਂ ਸੁਣ ਆਪੇ ਦਿਲ ਹੁੰਦਾ ਆ ਵਈ ਸੀ ਹੌਸਲਾ ਰੱਖਦਾ ਇਤਨਾ ਹੌਸਲਾ ਰੱਖਦਾ ਬੇ ਕੋਈ ਉਹਨੂੰ ਨਾ ਰਲਾ ਕੇ ਤੇ ਸਿਰ ਲਾ ਜਾ ਸੀ ਤੇ ਮੈਂ ਹੌਸਲਾ ਰੱਖੀ ਰੱਖ ਸਕਿਆ ਕਿਉਂ ਖੈਰ ਸੱਲਾ ਕਿੰਨਾ ਲਾ ਜਾਵਣਾ ਉਹਦੀ ਜ਼ਬਾਨ ਤੋਂ ਤੈਨੂੰ ਕੋਈ ਨਹੀਂ ਪਤਾ ਲੱਗਦਾ ਪਿਆ ਤੈਨੂੰ ਕੋਈ ਨਹੀਂ ਦੁਨੀਆ ਤੇ ਫਿਰਦੀ ਟੁਰਦੀ ਕਾਹ ਨੂੰ ਤੈਨੂੰ ਕੋਈ ਨਹੀਂ ਪਤਾ ਲੱਗਦਾ ਪਿਆ ਮੇਰਾ ਬਿਰਾ ਅਸੀਂ ਆ ਤੇਰੀਆਂ ਭੈਣ ਵੀ ਜਿਹੜੀ ਸਿਰ ਨਿਵਾ ਕੇ ਤੇ ਤੇਰਾ ਸਾਰਾ ਮੰਨ ਲੈਨੇ ਆ ਗੱਲ ਉਹ ਮਾਂ ਪਿਓ ਦੀ ਲਾਡਲੀ ਜੋ ਆਈ ਉਹ ਜਿਹੜੀ ਅੱਜ ਨਹੀਂ ਨਾ ਗੱਲ ਸੰਦੀ ਪਈ ਤੇ ਉਹ ਅੱਜ ਨਹੀਂ ਰਾਜ਼ੀ ਇਸ ਗੱਲ ਦੇ ਵਿੱਚ ਤੇ ਉਸ ਕਾਲ ਮੇਰਾ ਬੂਆ ਕਿਵੇਂ ਆਬਾਦ ਕਰਨਾ ਨਾ ਮੇਰਾ ਬਿਰਾ ਹੀ ਹੋ ਜੀ ਗੱਲ ਨਾ ਕਰ ਰਿਸ਼ਤਾ ਹੋਈ ਉਹ ਲੈਣਾ ਚਾਚੇ ਨਾਲ ਜ਼ਬਾਨ ਕੀਤੀ ਹੋਈ ਮੇਰੀ ਸਮਾਈ ਤੂੰ ਕੰਮ ਭਾਰ ਹੋ ਗਈ ਮੇਰੀ ਭੈਣ ਬਾਕੀ ਤੁਸੀਂ ਜਾਣੋ ਤੁਹਾਡਾ ਕੰਮ ਰਿਸ਼ਤਾ ਉਦਾਂ ਹੀ ਕਰਨਾ ਹੀ ਤਾਂ ਬਸ ਚੁੱਪ ਕਰ ਚਾਚੇ ਨਾਲ ਮੈਂ ਆਪੇ ਹੁਣ ਕਰ ਲਈ ਸਾ ਗੱਲ ਬਈ ਇਹ ਗੱਲ ਕਰ ਲੈਣੀ ਹੈ ਤਾਂ ਤੇ ਚਾਚਾ ਇਹਨੂੰ ਆਖ ਵੀ ਕੋਈ ਘੱਟ ਬੋਲਿਆ ਚਾਚੇ ਦੇ ਵਾਸ ਹੈ ਗੱਲ ਚਾਚੇ ਦੇ ਗੱਲ ਵਾਸ ਹੈ
ਉਹ ਉਹਦੀ ਮਾਂ ਜਿਹੜੀ ਉਹਨੇ ਨੀ ਡੱਕਿਆ ਗਾ ਵੀ ਅੱਜ ਕਿਉਂ ਗੱਲਾਂ ਪਈ ਕਰਨੀ ਆ ਬਹਿ ਕੇ। ਮਾਂ ਡੱਕਣਾ, ਮਾਂ ਤੇ ਦੀ ਰਲੀ ਹੋਈ ਏ, ਹੋਰ ਕੀ ਏ। ਉਹ ਸ਼ੋਦਾ ਗੱਤੀ ਬੋਲਦਾ ਤੇ ਉਹਦੇ ਮੂੰਹ ਤੇ ਮਰਿੰਦਾ ਪਿਆ। ਉਸ ਵੀ ਦੋ ਵਾਰੀ ਨੀ ਆਖਿਆ ਵੀ ਤੂੰ ਇਹਦੇ ਮੂੰਹ ਤੇ ਮਾਰ। ਮੈਂ ਕਿਉਂ ਮਾਰਾਂ, ਮਤਲਬ ਇਹ ਹੈ ਕਿ ਮਾਂ ਉਹਦੇ ਹੱਥੇ ਚੜੀ ਹੋਈ ਏ। ਚੜੀ ਹੋਈ ਉਹ ਤੇ ਤੇਰੀ ਮੇਰਾ ਵੀਰਾ ਗੱਲ ਸਹੀ ਏ। ਜਦੋਂ ਮੇਰਾ ਵੀਰਾ ਹੁਣ ਨਾਤ ਨਹੀਂ ਹੁੰਦੀ ਆ, ਦੋ ਸਾਲ ਹੋ ਗਏ ਤੇਰੀ ਮੰਗਣੀ ਉਦਾਈ ਕੀਤੀ ਹੋਈ ਏ, ਹੁਣ ਅਗਲੇ ਆਖਸਨ ਵੀ ਹੁਣ ਪਤਾ ਨੀ ਕਿਉਂ ਛੱਡ ਦਿੱਤੀ ਏ। ਰਿਸ਼ਤਾ ਤੂੰ ਉਦਾਈ ਕਰਨਾ ਸਾਨੂੰ ਤੇ ਇਸ਼ਕ ਨੇ ਮਾਰਿਆ, ਇਸ਼ਕ ਨੇ ਮਾਰਿਆ। ਅੱਜ ਕਿਹਾ ਨਾ ਉਹ ਛੋਰਾ, ਅੱਜ ਕਿਹਾ ਨਾ ਕੁਆਰੀ, ਕਿਵੇਂ ਬੇਸੂਰਾ ਜਿਹਾ ਫੋੜਾ ਮਰਿੰਦਾ ਵਧਾ ਹੈ, ਇਹ ਕੀ ਕਰਦਾ ਵਧਾ? ਫੋੜਾ ਮਾਰਦਾ ਭੈਣ ਜੀ, ਉਹ ਇਹ ਜ ਫੋੜਾ ਮਾਰਨਾ ਹੈ ਕੁਚਾ ਕੇ ਇਧਰ ਵਗੈਨਾ, ਕੋਈ ਇਧਰ ਵਗੈਨਾ ਖਿਲਾਰੀ ਜਾਣਾ ਮੇਰਾ ਪੁੱਤਰ, ਇਹ ਸਾਰਾ ਹੀ ਐਵੇਂ ਮਾਰਿਆ ਹੈ ਜੀ। ਇਹ ਫੋਸੀਆਂ ਸਾਰੀਆਂ ਐਵੇਂ ਹੇਠ ਪਈਆਂ ਹੋਈਆਂ ਤੇ ਗਾ ਬੈਠ ਜਾਈਏ, ਮੰਨ ਕੇ ਇੱਕੋ ਜਿਹਾ ਕਰਕੇ ਲਾਇਆ ਆਪਣਾ, ਤੂੰ ਤਾਂ ਖਾਉਰੂ ਕਰਿੰਦਾ ਵਧੋ ਆਇਆ। ਹੁਣ ਮੈਂ ਇੱਕੋ ਜਿਹਾ ਕਰਿੰਦਾ ਜੀ, ਫੇਰ ਹੋ ਗਏ ਤੇਰੇ ਪ੍ਰਾਹ ਦੇ ਮੇਰਾ ਪੁੱਤ ਛਾਈ ਮੋੜ ਲੱਗ ਗਏ। ਬਸ 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 ਠੀਕ ਹੈ, ਇੱਥੇ ਨਾ ਆਣ ਦੇ, ਬਸ ਚੱਕਰ ਬਸ ਚੱਕਰੋ, ਤੂੰ ਇੰਜ ਕਰ ਬਣਾ ਗੋਟਕ ਚਾਹ ਦਾ ਬਣਾ, ਅਸੀਂ ਗਾਲ ਤੋਰੇ ਤੇ ਤੂੰ ਫੋੜਾ ਕੋਈ ਨੀ ਵਗਦਾ। ਨਹੀਂ ਜੀ ਮੈਂ ਮਾਰ ਲੈਂਦਾ, ਮੈਂ ਮਾਰ ਲੈਂਦਾ ਫੋੜਾ, ਤੂੰ ਚਾਹ ਦਾ ਗੋਟ ਬਣਾ ਤੇ ਤੂੰ ਨਹੀਂ ਮੇਰਾ ਪੁੱਤ ਵਗਦਾ ਫੋੜਾ, ਪਤਾ ਨੀ ਕਿਵੇਂ ਬੇਸੂਰਾ ਜਿਹਾ ਹੱਥ ਮਰਿੰਦਾ ਵਧਾ ਕੋਈ ਦੂਰ ਕੇ ਮੈਂ ਨਗਰ ਮਾਰ ਕੇ ਦੱਸੋ ਜੀ ਮੈਂ ਮਰੇ। ਅੱਛਾ ਅੱਛਾ ਇੱਥੇ ਖਲੋ, ਆ ਵੇਖ ਹੇ ਆ ਇਹਨੂੰ ਫੋੜਾ ਅਸੀਂ ਜਾਂਦੇ ਪੁੱਤਰ, ਆ ਅਸੀਂ ਇੱਕੋ ਜਿਹਾ ਲਾ ਆਂਦਾ, ਆ ਜਦੋਂ ਹੁੰਦੇ ਨਾ ਹੇਠ ਨਾਲ ਨਾਲ ਛੇਕ ਕੇ ਲਾ ਆਂਦਾ ਤੇ ਆਰਾਮ ਨਾਲ ਉਹਨੂੰ ਪਿਛਾ ਲਈ ਆਇਆ, ਇੱਕੇ ਸਾਨ ਤੇ ਪਿਛਾ ਡੇਗ ਚੱਲ ਆਇਆ। ਪਹਿਲੇ ਇੱਕ ਡੇਗ ਲਾ ਲਈ ਮੁੜੇ ਕੀ ਕੱਖ ਡਿਗ ਲੈ, ਨਹੀਂ ਅਸੀਂ ਪਿਛਾ ਲਈ ਆਵੇਂ ਇੱਥੇ ਪਿਛਾ ਰੱਖ ਇੱਥੇ ਮੇਰਾ ਪੁੱਤ, ਅਸੀਂ ਸਾਂਤੇ ਨਾ ਹਾਲੀ ਅਸੀਂ ਨਹੀਂ ਨਾ ਰੱਖਣੀ ਤੋੜਦਾ ਇੱਕ ਡਿਗ ਲੱਗ ਨਹੀਂ ਗਿਆ ਤੇ ਤੁਸੀਂ ਕਿਉਂ ਨੇ ਪੱਕਾ ਪੱਕਾ ਸਿਸਟਮ ਕਰਦੇ ਹੁਣ ਮੁੜ ਕਿਵੇਂ ਪੱਕਾ ਪੱਕਾ ਕੀ ਕੋਈ ਨੀ ਹੁੰਦਾ ਇੱਥੇ? ਉਹ ਨਹੀਂ ਉੱਥੇ ਸੁੰਬ ਖਰਾਬ ਹੁੰਦੇ ਨੇ ਮੱਝੀ ਦੇ, ਹਾਂ ਕੱਚੀ ਥਾਂ ਜਿਹੜੀ ਹੁੰਦੀ ਹੈ ਨਾ ਉਸ ਚਾਰ ਸਿਰ ਦੁੱਧ ਦੇ ਦੋ ਸਿਰ ਇੱਥੇ ਬਾਂਡੇ ਤੋਂ ਇੱਥੇ ਬੋਂਦ ਚੋ ਛੱਡੇ ਦੋ ਸਿਰ ਵਿੱਚ ਹੋਏ ਉਹ ਬਾਂਡਾ ਹੀ ਨਿਕਲਾ ਜੀ ਹੁਣ ਬਣ ਲੱਭਣਾ ਸਾਨੂੰ ਇਹ ਤਾਂ ਚੰਗਾ ਤਾਂ ਲਾਭ ਗਿਆ ਫਰੀਦ ਜੁ ਲਾਭ ਗਿਆ।
ਅੱਲਾ ਕੋਈ ਨੀ ਹੁਣ ਕਿਹਦੇ ਧੱਕੇ ਲੈਂਦਾ ਵਾ ਤੇ ਚਾਹ ਜਿਹੜੀ ਚਾਹ ਚੰਗੀ ਪਕਾਈਦਾ ਮੈਂ ਪਕਾਈ ਤਾਂ ਨਹੀਂ ਨਹੀਂ ਕਾਹ ਨਹੀਂ ਪਕਾ ਚਾਹ ਬਣਾ ਮੋਰ ਤੂੰ ਮੈਂ ਫੋੜਾ ਮਾਰ ਲੈਂਦਾ ਮੇਰੇ ਪੁੱਤ ਤੁਸੀਂ ਚਲੋ ਸਿਮਦੇ ਪੈ ਮੋਰ ਬਾਦਿਆ ਤੂੰ ਚਾਹ ਨਾ ਬਣਿਆ ਹੈ ਚਾਹ ਇਹ ਦੇ ਸਿਮੇ ਆ ਮੈਂ ਪਕਾ ਦੇ ਸੀ ਹਾਂ ਇਹ ਪਕਾ ਦੇ ਸੀ ਸੰਚਾ ਬਾਦਿਆ ਚਲੋ ਹਾਂ ਪੁੱਤ ਬੰਦੋ ਬਸ ਕਰੇ ਸਕੂਲ ਕੋਈ ਨਹੀਂ ਕਿਉਂ ਨਹੀਂ ਹੁੰਦਾ ਹੁਣ ਕਿਦੇ ਮੇਰਾ ਪੁੱਤ ਧੱਕਾ ਤੁਹਾਡਾ ਦਿਲ ਇਹਦਾ ਮੇਰੇ ਕਿਉਂ ਜੀ ਖਤਮ ਹੋ ਜਾਵੇ ਨਾ ਮੈਂ ਕਿਉਂ ਹੁਣ ਗਰੀਬ ਆ ਨਿਕਲਿਆ ਹੁਣ ਉਹਨੂੰ ਕਿਤੇ ਭਜਾ ਛੱਡੀਏ ਅਬ ਛੱਡੋ ਮੈਂ ਸਮਝਾਈ ਨਹੀਂ ਤੁਸੀਂ ਚਲੋ ਮੈਂ ਦੱਸਾਂ ਵੀ ਕਿਵੇਂ ਕਰਕੇ ਨਹੀਂ ਤੁਸੀਂ ਚਲੋ ਜੇ ਆਈ ਸਾਂ ਪਿੱਛੇ ਜੇ ਸੇ ਸਿਖਾ ਕੇ ਆਵੇਂ ਨਾ ਪੁੱਤ ਮੈਂ ਦੱਸੀ ਮੋੜ ਚਲੋ ਠੀਕ ਹਾਂ ਆ ਗੋ ਨਾ ਲਿਬੜੀ ਕੀ ਆਵਣੀ ਮੈਨੂੰ ਪਤਾ ਹੈ ਇਹਦਾ ਤੂੰ ਸਿਖਾ ਕੇ ਓਏ ਹੋਰ ਬਾਦਿਆ ਤੋ ਹੋਰ ਬਾਦਿਆ ਨਾ ਤਾਂ ਜ਼ਰੀ ਗੱਲ ਪਤਾ ਹੀ ਹੈ ਕੁਰਾਨ ਦਾ ਨਾ ਹੀ ਬਸ ਕਰ ਵਗ ਜਾ ਕਿਉਂ ਆਤ ਕਰੇਂਦਾ ਪਿਆ ਕਿਉਂ ਜ਼ਲੀਲ ਹੁੰਦਾ ਪਿਆ ਉਦੋਂ ਹਾਲਤ ਵੇਖ ਆਪਣੀ ਪਸੀਨੋ ਪਸੀਨ ਹੋਇਆ ਖਲੋਤਾ ਤੇ ਗੋਆ ਸੱਟੀ ਆਪਾ ਦੋਤੀ ਮੈਂ ਤਾਂ ਪਤਾ ਲੱਗਾ ਸਾਡੇ ਖਲੋਤੀ ਆ ਨਲਕੇ ਦੇ ਵਿੱਚ ਮੈਨੂੰ ਹਾਸ ਆਇਆ ਇਤਨਾ ਛੁੱਟਾ ਮੈਂ ਅੱਗੇ ਸਹੀ ਗੋਆ ਮਿਲੀ ਨਾ ਪੈਣੇ ਮਿਲੀ ਮੈਂ ਤਾਂ ਪਤਾ ਲੱਗਾ ਸਾਡੇ ਰੋ ਕਿੰਨੇ ਔਖੇ ਹੁੰਦੇ ਸ਼ੋਦ ਅੱਛਾ ਨਹੀਂ ਲੋਕ ਕੰਮ ਮੈਂ ਤਾਂ ਜਾ ਕੋ ਨਾਲੇ ਸਾਰੇ ਤਰਗਾਵਾਂ ਵਧਾ ਦਿੱਤੀਆਂ ਸਹੀ ਆ ਤੇ ਜਦੋਂ ਬੰਦੇ ਨੂੰ ਆਪ ਰੋਣਾ ਪੰਦਾ ਉਹ ਤੋਂ ਪਤਾ ਲੱਗਦਾ ਕਿ ਕੰਮ ਦੀ ਕਦਰ ਕੀ ਹੁੰਦੀ ਹੈ ਅੱਛਾ ਹੁਣ ਠੀਕ ਹੈ ਮੈਂ ਮੰਨ ਗਈ ਹਾਂ ਕਿਤਨੇ ਦਿਨ ਲੱਗ ਹੁਣ ਮੈਂ ਆਖਣ ਮੈਂ ਮੰਨ ਗਈ ਹਾਂ ਬਸ ਜਾ ਹੋ ਕਿਤਨੇ ਦਿਨ ਲੱਗ ਗਿਆ ਦੋ ਦਿਨ ਮੈਂ ਮੰਨ ਗਈ ਹਾਂ ਮੈਂ ਮੰਨ ਗਈ ਹਾਂ ਗੱਲ ਗੱਲ ਤੇ ਮੈਂ ਕਢਾਉਂ ਤੇ ਕਿਉਂ ਲੱਗੀ ਰਹਿੰਦੀ ਨਹੀਂ ਨਾ ਮੈਨੂੰ ਅੱਛਾ ਨਹੀਂ ਲੱਗਦਾ ਤੇਰੀ ਤਕਲੀਫ ਬਰਦਾਸ਼ਤ ਨਹੀਂ ਹੁੰਦੀ ਹੋਰ ਗੱਲ ਕੋਈ ਨਹੀਂ ਜੇ ਟੁੱਟੀ ਕਾਂ ਚਲਾਈ ਹੋ ਟੁੱਟੀ ਚਲਦੀ ਬਈ ਤੂੰ ਅੰਮਾ ਜੀ ਮੁਸਲੇ ਜ਼ਿੰਦਗੀ ਮੌਤ ਦਾ ਪਤਾ ਕੋਈ ਨੀ ਤੇਰੇ ਕੋਲ ਆਈ ਵਧੀਆ ਮੈਂ ਗਾਰੀ ਚਸਕੀ ਨੀ ਯਾਰ ਗੱਲ ਸੁਣ ਮੇਰੀ ਗੱਲ ਯਕੀਨ ਦੀ ਵਾਵਣ ਦੀ ਆਈ ਨਾ ਮੈਨੂੰ ਯਕੀਨ ਆ ਗਿਆ ਕਿ ਤੂੰ ਮੈਨੂੰ ਬਹੁਤ ਮੁਹੱਬਤ ਕਰੇ ਤੇਰੀ ਖਾਤਰ ਤੂੰ ਕੁਝ ਵੀ ਕਰ ਸਕਦਾ ਹੈ ਮੰਨ ਗਈ ਅੱਲਾ ਦੀ ਕਸਮ ਮੈਂ ਰਾਤੀ ਨੀਂਦ ਨਹੀਂ ਆਈ ਸਾਰੀ ਰਾਤ ਇੱਥੇ ਮੈਂ ਵੇਖਾਂ ਉੱਠ ਉੱਠ ਕੇ ਮੱਛ ਅੱਛਾ ਗੱਲ ਸੁਣ ਜਿਸਲੇ ਉੱਥੇ ਮੈਂ ਪਤਲੀ ਜਿਹੀ ਚਾਦਰ ਪਾ ਗਈ ਪਤਾ ਲੱਗਾ ਆਈ ਆ ਤੂੰ ਆਈ ਆ ਜਵਾਬ ਦੇ ਛੱਡਿਆ ਮੈਂ ਸ਼ਾਦੀ ਕਰਨੀ ਜਵਾਬ ਦਿੱਤੇ ਨਾ ਮੈਂ ਤਾਂ ਹਾਂ ਇਸ ਵਾਸਤੇ ਨਹੀਂ ਕੀਤੀ ਕਿਉਂਕਿ ਅੱਬੂ ਆਦਾ ਵੀ ਕੋਈ ਹੋਰ ਹੀ ਦਿਲ ਦੇ ਦੱਸ ਮੈਂ ਕਹੀ ਜੀ ਕਾਈ ਗੱਲ ਨਹੀਂ ਇੱਕ ਵਾਰੀ ਕੋਈ ਚੁੱਪ ਚੁੱਪ ਹੋ ਲਵੇ ਨਾ ਅਚਾਨਕ ਅਕਸਮ ਤੇ ਮੁੜ ਮੈਂ ਉਤਨੇ ਇੰਤਜ਼ਾਰ ਕਰ ਲਈ ਮੁੜ ਮੈਂ ਕਿਵੇਂ ਅਕਸਮ ਜਿਹੜਾ ਨੌਕਰ ਰੱਖੀ ਹੋਈ ਆ ਉਸ ਨਾਲ ਕਰਨਾ ਚਾਹੁੰਦੀ ਤੁਹਾਡਾ ਇਹ ਤਾਂ ਫਖਰ ਨਾਲ ਸਿਰ ਚਾਹ ਕੇ ਅਕਸਮ ਬੱਬੂ ਤਾਂ ਇੱਥੇ ਉੱਚਾ ਜ਼ਿੰਮੇਦਾਰ ਹੈ ਜਿਸ ਨਾਲ ਮੈਂ ਕਰਨਾ ਚਾਹੁੰਦੀ ਯਾਰ ਉੱਚਾ ਦੀ ਗੱਲ ਨਹੀਂ ਕੀਤੀ ਨਹੀਂ ਕਿਉਂ 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 ਹੈ ਤੇ ਹੈ ਹੈ ਤੇ ਅਕਸਮ ਜ਼ਿੰਮੇਦਾਰ ਹੈ ਜ਼ਿੰਮੇਦਾਰ ਹੈ ਜ਼ਿੰਮੇਦਾਰ ਹੈ ਮੈਂ ਤਾਂ ਸ਼ਾਇਦ ਇਹਦਾ ਸੁਣ ਤੇਰੀ ਨੌਕਰੀ ਨਾ ਬਣਨ ਦਾ ਪੁੱਜਦਾ ਕਿਉਂਕਿ ਮੈਂ ਤਾਂ ਇਤਨੀ ਗਰੀਬ ਆ ਤੂੰ ਤਾਂ ਨੌਕਰੀ ਕਰ ਚੱਬਲਾ ਨਾ ਮਾਰ ਹੁਣ ਅੱਛਾ ਪਕਾਇਆ ਮਾ
ਅਕਾਲ ਹੀ ਨਾਮ ਹੈ ਅਵੇ ਕੀ ਪਕਾਈ ਨਵੇਂ ਪੱਤੀ ਬਵੇ ਤੇ ਚੀਨੀ ਵਿੱਚ ਦੁੱਧ ਉਤਾ ਹੋਰ ਕੀ ਚਪੰਦੀ ਕਾਸ਼ਾ ਹੀ ਨਹੀਂ ਮੈਂ ਬਣੀ ਸਾ ਤੁਹਾਡੇ ਇਸ ਵਿੱਚ ਚਾ ਚਾ ਤੇ ਮੈਂ ਮੈਂ ਆਖੇ ਚਾ ਮੈਂ ਮਿੱਤ ਨਹੀਂ ਬਰਦਾਸ਼ਤ ਹੁੰਦਾ ਤੇਰੀ ਤਕਲੀਫ ਕਾਸ਼ਾ ਨਾ ਕਾਸ਼ਾ ਦੇਂਦੀ ਮਨ ਚ ਵੀ ਸੌਰੀ ਮੈਂ ਜਵਾ ਦੀ ਪਈ ਮਾਨ ਜਮ ਮੇਰੀ ਗੱਲ ਇਹਦੇ ਨਾਲ ਢੇਰ ਤੇ ਆਪਣੇ ਸੌਰੀ ਨਾ ਨਾਮ ਦੀ ਕੋਸ਼ਿਸ਼ ਤੂੰ ਨਾਮ ਨਹੀਂ ਤਾਂ ਮੈਂ ਗੱਲ ਸੋਲ ਲੈ ਸੌਰੀ ਨਾਲ ਪਰਨੀ ਹੁਣੀ ਮੇਰੇ ਨਾਲ ਪਰਨੀ ਹੁਣੀ ਮਨਾਣਾ ਸੌਰੀ ਨੂੰ ਤੂੰ ਤਾਂ ਮੰਨ ਨਹੀਂ ਗੱਲ ਤਾਂ ਸੁਣ ਓਏ ਆ ਜਾ ਮਾਨ ਨੂੰ ਯਾਰ ਨੂੰ ਜਿੱਦਾਂ ਮੈਨੂੰ ਔਖਾ ਹੋਇਆ ਓਏ ਆ ਨਾ ਯਾਰ ਹਾਏ ਮੇਰੇ ਰੱਬਾ ਤੇਰੇ ਪਿਛਲੇ ਨੂੰ ਪਤਾ ਲੱਗ ਗਿਆ ਤੇ ਪਤਾ ਨਹੀਂ ਉਹਨੂੰ ਤੇ ਕੇ ਬੀਤ ਸੀ ਕਿ ਤੂੰ ਇੱਥੇ ਸਾਡੇ ਘਰ ਫੌੜੇ ਵਧਾ ਮਰੇਂਦਾ ਤੇ ਵਧਾ ਤੂੰ ਮੱਝੀ ਦੀ ਕਰੇਂਦਾ ਹਾਏ ਮੇਰੀ ਜਾਨ ਇਸ ਕਦਰ ਮੈਨੂੰ ਪਿਆਰ ਕਰੇਂਦਾ ਸਾਰੀ ਰਾਤ ਤੇ ਮੱਛਰ ਚ ਗੁਜ਼ਾਰ ਸਕਦੀ ਹੈ ਹੁਣ ਅੱਬੇ ਨੂੰ ਮਨਾਵਣ ਕਾਣ ਅੱਬੇ ਨੂੰ ਮੁਤਮੇਨ ਕਰਨ ਕਾਣ ਚਾਹ ਬੜੀ ਸੀ ਹੱਥ ਸੜੇ ਸੀ ਨਹੀਂ ਨਹੀਂ ਮੈਂ ਨਾਲ ਖਲੋ ਸਕਦਾ ਆਪਣਾ ਹੱਥ ਨਾ ਸਾੜ ਬਵੇਲਾ ਨਾ ਕਰੇ ਕਰੋ ਮੇਰਾ ਪੁੱਤਰ ਆਸਾਨੀ ਜਿਹੜੀ ਬਹਿਣੀ ਹੈ ਨਾ ਇਹਦੇ ਕੋਲ ਜਾਂ ਪੁੱਛ ਰਹੇ ਹਾਂ ਇੱਥੇ ਕਹਿੰਦੇ ਖਲੋਬਾ ਪਤਾ ਕਰਦਾ ਮੈਂ ਸਮਝ ਨਹੀਂ ਆਉਂਦੀ ਮੈਂ ਤਾਂ ਮਸੇ ਮੇਰਾ ਪੁੱਤਰ ਮੈਂ ਫਕੀਰ ਤੋਂ ਪੁੱਛਿਆ ਸਾਖਿਆ ਹਾਏ ਜਿੰਦਾ ਜਾਗਦਾ ਪਰ ਕਿਦਾਂ ਹੀ ਵੱਗ ਗਏ ਨੇ ਹਾਏ ਜਿੰਦਾ ਜਾਗਦਾ ਅੱਬਾ ਪੁੱਛਦੇ ਆ ਇੱਥੋਂ ਵਿੱਚ ਇੱਥੇ ਲੱਭ ਜਾਵੇ ਅੱਗੇ ਵੀ ਮੇਲੇ ਮੰਡੀਆਂ ਤੇ ਜਾਂਦਾ ਹਾ ਆ ਕੁੱਤਿਆਂ ਦੀ ਲੜਾਈ ਤੇ ਗਿਆ ਹਫਤਾ ਬਾਹਰ ਰਿਹਾ ਤੇ ਆ ਗਿਆ ਹਾ ਹੁਣ ਦੋ ਹਫਤਾ ਹੋ ਗਿਆ ਮੈਨੂੰ ਆਪ ਨਾ ਫੋਨ ਨਾ ਤਾ ਨਾ ਪਤਾ ਉਹ ਛੁਆਰ ਦੀ ਖਬਰ ਹੀ ਨਹੀਂ ਪਲਕਦੀ ਅੱਗੇ ਦੱਸ ਕੇ ਜਾਂਦਾ ਮੈਂ ਮੇਲੇ ਤੇ ਚੱਲਾ ਮੈਂ ਕਿਤੇ ਵੇਲੀ ਨਾ ਚੱਲਾ ਦੱਸ ਕੇ ਜਾਂਦਾ ਹੁਣ ਤੇ ਕੁਝ ਵੀ ਨਹੀਂ ਦੱਸਿਆ ਹੈਗਾ ਉਹਨੇ ਦੱਸ ਕੇ ਜਾਈਏ ਇਸ ਵਾਰ ਨਾ ਸੀ ਜੇ ਪੁੱਛਨੇ ਆਏ ਪਹਿਲਾ ਹੁਣ ਉਹ ਮੈਂ ਕੋਈ ਨੂੰ ਬਚਲਾ ਉਹ ਪ੍ਰੇਮੀ ਮੇਰਾ ਬਹੁਤ ਨਾ ਲੱਤਾ ਦਾ ਵਾਰੀ ਆ ਬੜਾ ਉਹ ਪਾ ਲੱਭ ਜਾ ਸੀ ਲੱਭ ਜਾ ਸੀ ਰੱਬਾ ਹੌਸਲਾ ਕਰ ਇਹ ਹਿੰਮਤ ਆ ਰਹੇ ਬਣ ਉਹ ਮੇਰੀ ਕਮਰ ਦਰੋੜ ਗਈ ਉਹ ਉਹ ਮੈਂ ਕਿ ਦਾ ਇਹਨਾਂ ਮੇਰਾ ਆ ਜਾ ਮਾਨੇ ਖਾ ਲੋ ਅੱਬਾ ਤਰਕੜਾ ਹੋ ਇੰਜ ਭਲਾ ਸਫਰ ਕਿਵੇਂ ਕਰਨਾ ਹੈ ਤੇ ਕਿਵੇਂ ਪੁੱਛਣਾ ਹੈ ਤੂੰ ਤਾਂ ਡੁੱਬ ਉੱਠ ਜਾ ਆਪਣਾ ਆਪ ਹੀ ਛੱਡੀ ਖੋਤਾ ਹਾਏ ਹੋ ਗਿਆ ਪਾਣੀ ਕੀ ਦੱਸਿਆ ਸੋ ਪੱਤੀ ਖੰਡ ਹੋਰ ਪਤਾ ਨਹੀਂ ਕਿਹੜੀ ਦੱਸੀ ਬਸ ਆਏ ਹੋ ਗਈ ਪੱਤੀ ਹੋ ਗਈ ਆਏ ਹੋ ਗਈ ਖੰਡ ਪੈ ਗਈ ਕੁਛ ਇਹੋ ਜਿਹੀ ਪਾਈ ਨਾ ਜਿਸ ਤੋਂ ਬਾਅਦ ਇਹ ਅੱਖਾਂ ਚਸ ਆ ਗਈ ਚਸ ਆ ਗਈ ਸੌਰਵ ਵੀ ਆਖੀ ਕਿਆ ਬਾਤ ਹੈ ਰੱਤੀ ਜਿਹੜੀ ਸਾਡੀ ਕੰਮ ਵਾਲੀ ਹੁੰਦੀ ਆ ਉਹ ਵਿੱਚ ਰੱਤੀ
ਰਤੀਆਂ ਮਰਚਾਂ ਗੱਤੀ ਨਾ ਸਗਲੀ ਜੀ ਦੇ ਵਿੱਚ ਭਾਂਡਾ ਵੀ ਉਹ ਇਹਨਾਂ ਮਤਲਬ ਇਸੇ ਰਤੀਆਂ ਮਰਚਾਂ ਗਤਨੀ ਹੁੰਦੀਆਂ ਸਾਰੇ ਡੱਬੀਆਂ ਚ ਥੋੜੀ ਥੋੜੀ ਛੀਆਂ ਪਾ ਦੇਣਾ ਆ ਹੋ ਗਈਆਂ ਰਤੀਆਂ ਮਰਚਾਂ ਉੱਤੇ ਖੰਜੀਰ ਹੋ ਗਈ ਅੱਲਾ ਨਾਲ ਸੀ ਸੀ ਤਾਂ ਕਰ ਸੀ ਨਾ ਮਜ਼ਾ ਮਸ ਨਹੀਂ ਆਏ ਪਤਾ ਨਹੀਂ ਕਿਹੜੀ ਸ਼ਾ ਸਾਵੀ ਸਾਵੀ ਕਾ ਸ਼ੋ ਸੀ ਇਹਨਾਂ ਜੋ ਰੱਖੀ ਹੋਈ ਤੇ ਚਾਹ ਦਾ ਸਮਾਨ ਹੀ ਹੋਣਾ ਮੁੜੇ ਸਾਰਾ ਬਸ ਕਰੀਏ ਅਗਲੀ ਵਾਰੀ ਬਾਕੀ ਹੋਰ ਮਸਾਲੇ ਵੀ ਗੱਸਾਂ ਟੋਰ ਤੇ ਪਵਣ ਸੀ ਜੇ ਚੰਗੀ ਲੱਗੀ ਹੋਣੀ ਤਾਂ ਰੱਤਾ ਲਾਲ ਪਾਣੀ ਹੈ ਇਸ ਰੰਗ ਦੀ ਚਾਹ ਹੁੰਦੀ ਤਾਂ ਕਾਇਮ ਚਪਲ ਤਾਂ ਨਹੀਂ ਮੈਂ ਮਾਰ ਰਿਹਾ ਲੇਕਿਨ ਇਹ ਵੀ ਤਾਂ ਹੋ ਸਕਦਾ ਨਾ ਕਸ਼ ਨਵੇਂ ਡਿਜ਼ਾਇਨ ਦੀ ਉਹ ਰੰਗ ਬਾਹ ਦੇ ਤਬਦੀਲ ਕਰ ਜਾਵੇ ਚਲੋ ਵੇਖਦੇ ਹਾਂ ਅੱਜ ਮੈਂ ਇਹਦੇ ਪਿਓ ਨੂੰ ਮਨਾ ਕੇ ਰਹਾਂ ਕਿਵੇਂ ਮਨਾਈ ਮੈਂ ਕੀ ਕਰਾਂ ਕੁਝ ਐਸਾ ਮੇਰੇ ਕੋਲ ਹੁੰਦਾ ਹੀ ਨਹੀਂ ਪਿਆ ਜਿਸ ਦਿਨ ਦਾ ਪਿਓ ਆਖੇ ਵੀ ਛੋੜਦੀ ਤਾਂ ਕਿਆ ਬਾਤ ਹੈ ਬਹੁਤ ਸਿਆਣਾ ਤੇ ਨਾ ਓ ਜਾਨ ਜੀ ਅਕਲੀ ਵਧੀ ਉਹ ਜਾਨੀ ਕਿਉਂ ਚਾਹ ਬਣਾਈ ਹੈ ਮੈਂ ਅੱਛਾ ਸਾਹ ਡੱਬੇ ਨੂੰ ਰੱਤੀ ਕਿਉਂ ਓਏ ਚੁੱਪ ਕਰ ਤੈਨੂੰ ਬੜਾ ਪਤਾ ਹੈ ਫਾਰਮੂਲੇ ਪੀ ਲੈਂਦੀ ਵਾ ਸਾਡੇ ਵਾਲੇ ਪਾਸੇ ਐਸੀ ਐਸੀ ਚਾਹ ਬਣਦੀ ਹੈ ਨਾ ਰੱਤੀ ਚਾਹ ਜੇ ਨਾ ਮੈਂ ਆਪਣੀ ਕੰਮ ਵਾਲੀ ਯਾਦ ਹੈ ਜਿਹੜੇ ਉਹਦੇ ਕੋਲ ਸਗਲੀ ਹੁੰਦੀ ਆ ਵਿੱਚ ਕੀ ਪੈਂਦੀ ਆ ਸਾਰਿਆ ਤੇ ਸਾਰਿਆ ਦੇ ਆ ਤੈਨੂੰ ਕੀ ਪਤਾ ਇਹ ਕਿ ਮਾਜ ਜੱਜ ਕੇ ਸ਼ਰਬਤ ਪੀਤਾ ਜਿਹੜੇ ਮਾਜ ਸ਼ਰਬਤ ਪੀਤਾ ਕੱਪ ਦੇ ਵਿੱਚ ਪਾ ਕੇ ਨਾ ਅੱਬੂ ਨੂੰ ਦੇਵੀ ਇਸ ਨਾਲ ਅੱਬੂ ਬੜਾ ਰਾਜ਼ੀ ਹੋ ਸੀ ਤੇ ਵੇਖੀ ਉਸ ਪਹਿਲੇ ਸੱਟੇ ਸਕਣਾ ਦੀ ਦੇਵਣੀ ਤੇ ਚੀਨੀ ਪੱਤੀ ਪਾਣੀ ਲੜਤੀਆਂ ਮਿਰਚਾਂ ਨਾਲ ਜਿਹੜਾ ਹੈ ਕਿਸੇ ਦਿਨ ਸਾਵੇ ਜੀ ਵੀ ਕਸ਼ਾ ਉਹ ਲੂਣ ਥੋੜਾ ਜਿਹਾ ਪਿਆ ਉਹ ਹਰਸ਼ ਪਾ ਦਿੱਤੀ ਹੁਣ ਵਸੋਲੀ ਪਾ ਛੋੜੇ ਵਸੋਲੀ ਪੈ ਗਿਆ ਇਹ ਉਬਾਲ ਕੇ ਬੇਨ ਲਾਜ਼ਮੀ ਦੇ ਵਿੱਚ ਇਸ ਨਾਲ ਹੀ ਕੱਬੇ ਮਤਮੇਨ ਹੋਣਾ ਵਸਲ ਨਾ ਵਾਹ ਬੰਦੇ ਵੀ ਆਖਣ ਜੇ ਚੀਜ਼ ਪਾਈ ਨੇ ਸੱਚ ਹੁਣ ਦੁੱਧ ਦੀ ਲੋੜ ਕਾ ਹੀ ਨਹੀਂ ਇਸ ਨਾਲ ਚੰਗਾ ਸੋਰੇ ਨਾ ਵਸੋਲ ਚੱਕ ਬਲਾ ਚੱਕ ਨਹੀਂ ਹੈ ਜੁੱਤੀ ਨਹੀਂ ਦੇਣੀ ਉਹ ਕੀ ਆਖ ਸਕਦੇ ਨਾ ਜੁੱਤੀ ਨਹੀਂ ਦਿੰਦਾ ਮੈਂ ਮੈਂ ਨਾ ਤੁਸੀਂ ਚਾਹ ਆਖ ਸਕਿਆ ਤੇ ਕਿਆ ਬਾਤ ਹੈ ਇਹਦੀ ਬਣਾਈਏ ਮੈਂ ਆਪ ਬਣਾਈਏ ਤੁਹਾਨੂੰ ਸੀ ਨਾ ਕਿ ਮੈਂ ਇਹਦੇ ਕੋਲ ਸਿੱਖਿਆ ਕੋਈ ਨੀ ਸਿੱਖਿਆ ਮੈਂ ਨਹੀਂ ਅੱਛਾ ਛੂਰ ਬਹੁਤ ਚੰਗਾ ਕੰਮ ਇਹਨ ਤੁੰਨ ਕੇ ਕਰੇਂਦਾ ਤੂੰ ਮੇਰੇ ਨਾਲ ਸਾਜ ਤੇਰੇ ਸਿਰ ਦੀ ਕਸਮ ਜੇ ਮੈਂ ਕਾਸ਼ਾ ਦੱਸੀ ਹੋਵੇ ਮੈਂ ਇੱਕ ਹੋਰ ਤਿੰਨ ਗੱਲ ਦੱਸਣਾ ਇੱਕ ਕਾਸ਼ਾ ਮੈਂ ਤਾਂ ਦਿੱਤੀ ਮੈਂ ਕਿ ਉਸ ਨਾਲ ਅੱਬਾ ਮਤਮੇਨ ਸਹੀ ਦੱਸੀ ਹੈ ਪਾ ਦੇਵਾਂ ਜੀ ਲਿਖਿਆ ਹੋਇਆ ਛੋਰ
ਤੇ ਉਸ ਗੱਡ ਦੇ ਵਿੱਚ ਸੋਹਣਾ ਸੁਣੱਖਾ ਵੀ ਉਹ ਛੋਰ ਆ ਗਿਆ। ਉਹ ਖੜੀ ਗਿਆ, ਉਹਦਾ ਬਿਰਾ ਤੇ ਉਹਦਾ ਪਿਓ ਵਧੀਆ ਟੁੱਟੇ ਹੁੰਦੇ। ਮੈਨੂੰ ਤਾਂ ਮਹੀਨਾ ਹੋਵਾਂ ਨਾਲ ਆਈ ਆ, ਵੇਖ ਲਾ ਬਸ ਮੁਕੱਦਰ ਫੋਟੋ ਵੀ ਜਿਹਨੂੰ ਲੱਭੇ 6 ਲੱਖ ਰੁਪਇਆ ਇਨਾਮ ਪੁੱਤਰਾ ਤੋਂ ਉੱਤੇ ਦੀ ਕਾਸ਼ਾ ਹੁੰਦੀ ਹੈ। ਤੁਸੀਂ ਪਹਿਲੇ ਚਾਹ ਪਿਓ ਨਾ, ਛੱਡੋ ਤੂੰ ਨਾ ਮਸਲਾ, ਤੁਸੀਂ ਕਿਉਂ ਪਰੇਸ਼ਾਨ ਹੁੰਦੇ? ਹਾਂਜੀ ਤੁਸੀਂ ਚਾਹ ਪਿਓ, ਤੁਹਾਡੇ ਕਾਰਨ ਖਾਸ ਤੌਰ ਤੁਹਾਡੇ ਕਾਰਨ ਵਿੱਚ ਨੀ ਹੁੰਦਾ ਕੀ ਬਣੇ ਸਾਗ ਨੂੰ ਪਾਇਆ ਗਈ ਹੈ, ਕਿਵੇਂ ਦੀ ਆ ਚਾਹ ਬਣਾਈ ਗਈ? ਚਾਹ ਮਗਾਈਏ, ਚੀਨੀ ਪੱਤੀ, ਲੂਣ, ਹਲਦੀ, ਸਾਰੇ ਹਾਸਾ ਕਰਦੇ ਪਏ ਨੇ, ਸਾਰੇ ਹਾਸਾ ਅਜੇ ਹਾਸਾ ਪੁੱਤ ਰਹੇ ਨਾ ਅਜੇ ਅਜੇ ਇਹ ਪਤਾ ਲੱਗਣਾ ਜੈਸੇ ਮੈਂ ਬਾਹਰ ਹੋਵਾਂ ਕਿ ਹਾਸਾ ਪਿਆ ਬਣਦਾ ਹੈ ਹਾਸਾ ਇਸ ਗੱਲ ਨਾਲ ਕਿਹੜਾ ਹਾਸਾ ਸਾਡੇ ਪਾਸੇ ਤਾਂ ਸਗਲੇ ਦੇ ਵਿੱਚ ਮਿਰਚਾਂ ਪੈਂਦੇ ਨੇ ਦੌਰ ਦੌਰ ਦੱਸਦਾ ਤਾਂ ਪਿਆ ਵਿੱਚ ਮਿਰਚਾਂ ਲੂਣ ਹਲਦੀ ਸੁੱਕੀਆਂ ਧਣੀਆਂ ਅੱਜ ਕੇ ਆਇਆ ਮੈਂ ਨਾ ਰਹਿ ਜਾ ਮੈਂ ਮੈਨੂੰ ਰੱਖ ਆਪਣਾ ਪਾਉ ਟਾਉ ਟਾਉ ਰਾਤੀ ਰੋਟੀ ਸਾਲਣੀ ਮੈਂ ਪਕਾਵਾਂ ਅੱਬਾ ਮੈਂ ਤੇਰੇ ਸਿਰ ਦੀ ਕਸਮ ਚਾਹੀ ਮੈਂ ਕਸ਼ ਨੀ ਦੱਸੀ ਇਹ ਸਾਪੇ ਪਕਾਈ ਮੈਂ ਧਿਆਨ ਮਾਰਿਆ ਮੈਂ ਤਾਂ ਖਾਲੀ ਉਹ ਵਸਣ ਦਿੱਤਾ ਮੈਂ ਕਿਹਾ ਇਸ ਨਾਲ ਅੱਬਾ ਮੈਂ ਪਿੱਛੇ ਵੀ ਉਹਨਾਂ ਨਾਲ
ਮੈਂ ਪਿੱਛੇ ਵੀ ਉਹਨਾਂ ਨੂੰ ਮੈਂ ਜਦੋਂ ਮਿਲਦੇ ਨੇ ਆਪਣੇ ਹੀ ਮਰਿੰਦੇ ਆ ਪਾਣੀ ਬਾਅਦ ਦੋ ਵੀ ਲਾਇਆ ਜਾਏ ਮੇਰੀ ਅੱਖੀ ਨਿਕਲਦੀਆਂ ਪਈਆਂ ਚਾਰ ਤੂੰ ਹੀ ਮਾਰੇ ਚਾਹ ਵੀ ਸੋਹਣੀ ਚ ਪਕਾਏ ਜਾਣ ਸਰ ਲਾਉਣ ਪੱਕੇ ਹੋਏ ਤਾਂ ਭਾਵੇਂ ਹੁੰਦੇ ਦੁੱਧ ਗੱਤੀ ਖੜਾਵੇ ਤੇ ਪੱਤੀ ਗੱਤੀ ਖੜਾਵੇ ਸਰ ਲਾਣੇ ਚ ਹਾਂ ਤੂੰ ਮੈਨੂੰ ਕੋ ਬੁਲਾਏ ਸਮਝ ਆਇਆ ਸ਼ਰਮ ਨਾ ਆਇਆ ਤੂੰ ਇਹ ਨਹੀਂ ਕਿਹੜੀ ਗੱਲ ਤੂੰ ਮੈਨੂੰ ਆਪੇ ਕਹਿੰਦਾ ਦੱਸ ਮੈਂ ਆਪੇ ਬਣੇ ਸੀ ਨਾ ਦੱਸ ਆਪੇ ਬਣੇ ਇਹਦਾ ਮਤਲਬ ਇਹ ਆ ਕਿ ਤੂੰ ਮੈਂ ਮੈਂ ਤੇ ਸਾਰਾ ਤਰੀਕਾ ਦੱਸਿਆ ਤੈਨੂੰ ਸਮਝ ਨਾ ਲੱਗੀ ਗਲਤ ਹੋ ਗਿਆ ਸਰ ਮੈਂ ਕਿਉਂ ਦੱਸਾਂ ਤੂੰ ਇਸੇ ਕਰਾ ਸਕਦੀ ਹੈ ਤੂੰ ਆਪ ਸਹੀ ਕਰਾ ਸਕਦੀ ਹੈ ਨਹੀਂ ਤੂੰ ਆਪ ਸਕਦੀ ਹੈ ਮੈਂ ਕਿਉਂ ਮਰਿੰਦਾ ਪਿਆ ਤੂੰ ਕਿਉਂ ਖਰਾਬ ਕੀਤਾ ਤੂੰ ਆਪ ਆਖੇ ਤੂੰ ਆਪ ਆਖੇ ਤੂੰ ਖਰਾਬ ਕੀਤਾ ਚੰਗਾ ਕੀਤਾ ਮੇਰੀ ਮਰਜ਼ੀ ਇਸ ਤਰ੍ਹਾਂ ਕੰਮ ਨਹੀਂ ਹੁੰਦਾ ਜਿਵੇਂ ਤੂੰ ਕਰਦਾ ਪਿਆ ਇਹ ਚੀਜ਼ ਗਲਤ ਹੈ ਮਰਚਾਂ ਤੇ ਲੂਣ ਤੇ ਇਹ ਚੀਜ਼ਾਂ ਕੰਮ ਲਾਂਜੀ ਇੱਥੇ ਮੈਂ ਪਿਆ ਬਸ ਸਿੱਖਦਾ ਪਿਆ ਚਾਹ ਪਕਾਵਾਂ ਮਰਚਾਂ ਢੇਰ ਪੈ ਗਿਆ ਨਾ ਉਹ ਇਸ ਤੋਂ ਸਾਰੇ ਮਾਰੇ ਸਿਰੇ ਚ ਮੇਰੀ ਜੋਲੀ ਮੇਰੀ ਚ ਜੋਲੀ ਇਹ ਤਾਂ ਮੋੜ ਜਿਹੜਾ ਲਈ ਬੈਠੀ ਆ ਉਹ ਹੀ ਲੈ ਕੇ ਬਾਹਰ ਤਮੀਜ਼ ਦੇ ਦਾਇਰੇ ਚ ਗੱਲ ਕਰ ਮੇਰੇ ਨਾਲ ਮੈਂ ਦਰ ਬੰਦ ਨੂੰ ਕੱਖ ਬਾਂਦੇ ਮੰਗੇਤਰ ਹੈ ਮੇਰਾ ਮੈਂ ਦੱਸਿਆ ਮੈਂ ਤਾਂ ਘਾਤ ਦੇਣੀ ਆਂ ਈਓ ਏ ਸੋਹਣਾ ਪੌਲਾ ਵੇਖ ਟਾਕੀ ਵੇਖ ਵੇਖ ਲਿਆ ਤੈਨੂੰ ਤਾਂ ਮੈਂ ਨਾ ਸਕਿਆ ਕੁੱਤਾ ਵੇਖ ਤੇ ਕੁੱਤੇ ਦਾ ਬਿਸਤਰ ਵੇਖ ਕੀ ਆਤੀ ਪਈ ਉਸ ਤੈਨੂੰ ਤਾਂ ਮੈਂ ਵੇਖ ਲਿਆ ਕੁਝ ਵੀ ਨਹੀਂ ਹੁੰਦਾ ਮੈਂ ਕਰ ਲਈ ਉਹ ਸੋਹਣੇ ਦੱਸ ਛੱਡਣਾ ਮੈਂ ਕਰ ਲਈ ਨਾ ਵੇਖ ਲੈ ਲੋਕ ਗੱਲਾਂ ਸੁਣਨ ਦੇ ਹਾਂ ਆ ਜਾ ਮਕਸਦ ਹੀ ਮਰ ਗਏ ਚਾਚਾ ਕੀ ਮਕਸਦ ਮਰ ਗਏ ਕਿਵੇਂ ਗੱਲਾਂ ਮੇਰਾ ਪੁੱਤ ਕਰਦਾ ਪਿਆ ਖੈਰ ਹੈ ਕੰਮ ਤਾਂ ਕੋਈ ਨਾ ਵੱਲ ਆਉਂਦਾ ਪਰ ਉਹ ਮੈਂ ਮੁੜਾ ਲਗਾ ਵੱਤ ਹੌਲੀ ਹੌਲੀ ਵੱਲ ਸਿੱਖ ਜਾ ਚਲੋ ਕੰਮ ਦਾ ਵੱਲ ਕੋਈ ਨੀ ਸੁਮਦਾ ਹਾਂ ਤੇ ਹੋਰ ਸਾਰਾ ਕੰਮ ਉਹ ਨੱਪੀ ਵਧਾ ਤੇ ਉਹ ਕਰਿੰਦਾ ਪਿਆ ਹੋਰ ਕੰਮ ਸਾਰੇ ਨੱਪੀ ਉਮੀਦ ਹੈ ਬਈ ਇਹਦਾ ਰਿਜ਼ਲਟ ਤੈਨੂੰ ਆ ਜਾਸੀ ਜਲਦੀ ਆ ਜਾਸੀ ਗਿਆ ਕੀ ਮਤਲਬ ਕੀ ਹੈ ਮਤਲਬ ਤਾਂ ਸਾਡਾ ਕੋਈ ਨਾ ਆਇਆ ਗੱਲ ਕਰਨ ਦਾ ਹਾਂ ਲੇਕਿਨ ਹੁਣ ਗੱਲ ਕਰਨੀ ਪੈ ਗਈ ਹੈ ਕੀ ਗੱਲ ਜਿਹੜੀ ਤੇਰੀ ਧੀ ਤੇਰੇ ਮੂੰਹ ਤੇ ਜਵਾਬ ਦਿੰਦੀ ਆ ਨਾ ਹਾਂ ਹਾਂ ਮੈਂ ਸਹ ਸੋਚਿਆ ਮੈਂ ਕਿਹਾ ਇਹ ਐਵੇਂ ਜਵਾਬ ਨਹੀਂ ਦਿੰਦੀ ਕੋਈ ਨਾ ਕੋਈ ਰੋਲਾ ਹੋਣਾ ਕੋਈ ਨਾ ਕੋਈ ਮਸਲਾ ਹੋਣਾ ਤੂੰ ਅੱਜ ਅੱਖੀ ਨਾਲ ਵੇਖ ਲਿਆ ਮੈਂ ਕੀ ਅੱਖੀ ਨਾਲ ਵੇਖਿਆ ਤੇਰੀ ਧੀ ਮਾਂ
ਉਹ ਕੋਈ ਮਾਨ ਜਿਹਾ ਬੈਠਾ, ਉਹ ਵਾਲਾਂ ਵਾਲਾ, ਛੋਟੀ ਛੋਟੀ ਦਾੜੀ ਵਾਲਾ, ਉਹ ਚੋਰ ਕਮੋਕਿਆਂ ਦਾ ਉਹ ਕਮੋਕਿਆਂ ਦਾ ਜਨਾਬ ਸਿੱਧਾ ਕੀਤੀ ਬੈਠਾ ਤੇਰੀ ਤੁਹਾਡੀ ਜੀ ਮੋਹਤਰਮਾ ਦੀ ਜਿਹੜੀ ਹੈ ਸਾਹਿਬਜ਼ਾਦੀ, ਉਹਦੇ ਹੱਥਾਂ ਚ ਹੱਥ ਪਾ ਕੇ, ਅੱਖੀ ਚ ਅੱਖੀ ਪਾ ਕੇ ਤੇ ਦੇਂਦੀ ਰਹੀ ਰੰਗ ਰਲੀਆਂ ਮਨਾਈਂਦੇ ਬੈਠਿਆ। ਆਵਾਂ ਚਿਰ ਕੀ ਬਕਵਾਸ ਕਰਦਾ ਪਿਆ ਚਾਚਾ, ਮੈਂ ਗਲਤ ਨੂੰ ਗੱਲ ਕਰਦਾ ਪਿਆ ਤੇ ਹੁਣ ਗੱਲ ਇਹ ਹੈ ਅੱਗੇ ਉਸ ਜਵਾਬ ਦਿੱਤਾ। ਉਹ ਤੇ ਛੋਰੀ ਗੱਲ ਕਰਦੀਆਂ ਪਈਆਂ ਨੇ ਤਾਂ ਇਹ ਮਤਲਬ ਤਾਂ ਨਹੀਂ ਮੈਂ ਆ ਤੇ ਬੈਠਾ ਸੇਵ ਨਾਲ, ਜੇ ਤੂੰ ਉਹਨਾਂ ਦੀ ਰਿਸ਼ਤਾ ਨਹੀਂ ਕਰਨਾ ਮੈਂ ਦਿਨ ਬਦਨਾਮ ਤਾਂ ਨਾ ਕਰ ਚਾਚਾ। ਨਾ ਹੋ ਗਿਆ ਚਾਚਾ, ਨਾ ਹੋ ਗਿਆ ਦੀ ਦੇ ਪਿਆਰੇ ਚ, ਨਾ ਹੋ ਗਿਆ ਮੈਂ ਅੰਨਾ ਕਿਵੇਂ ਹੋ ਗਿਆ, ਮੈਂ ਹੁਣ ਤੇ ਕੁਝ ਨਹੀਂ ਵੇਖਿਆ। ਤੂੰ ਮੁੜ ਕੀ ਵੇਖਣਾ ਤੇਰੇ ਸਾਹਮਣੇ ਉਸ ਬਾਹਮਣਾ ਚਾਚਾ, ਅੱਗੇ ਤੇ ਦਿੱਤਾ ਹੀ ਤੇਰੀ ਦੀ ਜਵਾਬ, ਪਰ ਹੁਣ ਮੇਰੀ ਤਰਫ ਜਵਾਬ ਹੈ। ਮੈਂ ਕਦੀ ਜ਼ਿੰਦਗੀ ਦੇ ਵਿੱਚ ਵਿਸਾ ਹੀ ਕੋਈ ਨਾ ਇਹੋ ਜਿਹੀ ਚੂਹੇ ਨਾਲ ਸ਼ਾਦੀ ਕਰਕੇ ਬਈ ਸਾਰੀ ਜ਼ਿੰਦਗੀ ਮੈਂ ਮੁੜ ਭਾਰੇ ਹੀ ਦਿੰਦਾ ਵਤਾ। ਅਜੇ ਤਾਈ ਸ਼ੁਕਰ ਹੈ ਅਜੇ ਮੈਂ ਨਿਕਾਹ ਕਰਕੇ ਤੈਨੂੰ ਦਿੱਤਾ ਨਹੀਂ, ਉਹ ਕੱਲ ਨੂੰ ਵੀ ਤੂੰ ਆ ਰਹੀ ਹੋ ਦੇਵਣਾ ਜਿਹੜਾ ਹੁਣ ਦਿੰਦਾ ਪਿਆ, ਉਹ ਮੇਰੀ ਦੀ ਬੂਹੇ ਚੋਂ ਬਾਹਰ ਨਿਕਲੀ ਕਦੀ ਨਹੀਂ। ਤੂੰ ਉਹਨੂੰ ਘਰ ਬੈਠੀ ਨੂੰ ਬਦਨਾਮ ਕੀਤਾ, ਉਹਨੂੰ ਨਿਕਲਣ ਦੀ ਕਿਹੜੀ ਜ਼ਰੂਰਤ ਹੈ, ਉਸ ਬਾਹਰ ਨਿਕਲਣ ਦੀ ਜ਼ਰੂਰਤ ਕੋਈ ਨਹੀਂ, ਉਸ ਘਰ ਦੇ ਵਿੱਚ ਸਦਾ ਲਿਆ ਤੇ ਬਾਈ ਬੈਠੀ ਹੈ। ਅਮਨ ਸਿਰ ਚੁੱਪ ਕਰ ਜਾ, ਚੁੱਪ ਠੀਕ ਹੈ। ਮੈਂ ਤੈਨੂੰ ਜੇਕਰ ਇਹ ਗੱਲ ਕਰ ਦੋ ਨਾ, ਤੂੰ ਨਵੀਂ ਜਵਾਬ ਦਿੰਦਾ ਤਾਂ ਮੈਂ ਤੈਨੂੰ ਜਵਾਬ ਦੇ ਛੱਡਣਾ, ਜਦੋਂ ਤੇਰਾ ਇਹੋ ਜਿਹਾ ਜ਼ਮੀਰ ਹੋ ਗਿਆ ਤਾਂ ਮੈਂ ਤੈਨੂੰ ਕਿਵੇਂ ਦੀਪ ਨਾ ਕੇ ਦੇ ਛੱਡਾਂ, ਐਡਾ ਤੇਰਾ ਗੰਦਾ ਜ਼ੇਨ ਅਮਨ ਸ਼ੇਰ। ਵੱਡੀ ਸਾਰੀ ਉਮਰ ਹੈ, ਬਜ਼ੁਰਗ ਹੈ ਹੁਣ, ਤੇਰੀ ਜਿੰਨੀ ਉਮਰ ਹੈ ਨਾ ਇਤਨਾ ਤਜਰਬਾ ਤੇਰਾ ਨੂੰ ਹੋਣ ਜੋ ਆ, ਤੇ ਉਹ ਜੇ ਹੈ ਹੀ ਬੇਕਾਰ ਨਜ਼ਰ ਚੰਗੀ ਤਰ੍ਹਾਂ ਮਾਰ ਲਵੀ ਤੈਨੂੰ ਸਾਰਾ ਕੋਈ ਨਜ਼ਰ ਆ ਜਾਸੀ। ਵਾਹ, ਉਸ ਗਰੀਬ ਦੀ ਵੀ ਤਕਲੀਫ ਇਸ ਨੂੰ ਹੋਈ ਹੈ, ਮੈਂ ਉਹ ਵੀ ਕਿਉਂ ਗਾਰੇ ਚ ਵਧਾ ਹੈ। ਅਮਨ ਸ਼ੇਰ ਮੈਨੂੰ ਉਮੀਦ ਤੇਰੇ ਉੱਤੇ ਨਾ ਕਿ ਤੂੰ ਤੋੜ ਮੇਰੇ ਬੂਹੇ ਤੇ ਆ ਕੇ ਬਲਕਿ ਮੈਨੂੰ ਸਾਵਾਂ ਬਹਿ ਕੇ ਤੂੰ ਮੈਨੂੰ ਜਵਾਬ ਦੇ ਸਕੇ, ਤੇ ਉਹ ਵੀ ਇੰਜ ਵਾਂਗ ਬਦਨਾਮੀ ਲਾ ਕੇ। ਮੈਂ ਨਹੀਂ ਮੰਨਦਾ ਕਿ ਮੇਰੀ ਦੇਹੀ ਹੋ ਜੀ ਹੋਵੇ। ਮੇਰੀ ਭੈਣ ਮੈਂ ਤੇ ਇਹਨਾਂ ਦਾ ਬਈ ਇਸ ਰਾਨੇ ਚ ਕੋਈ ਨਾ ਕੋਈ ਰੋਲਾ, ਕੋਈ ਨਾ ਕੋਈ ਰੋਲਾ। ਉਹ ਰੋਲਾ ਤਾਂ ਮੁੜ ਸਾਵੇਂ ਆ ਗਿਆ ਬਈ ਮੇਰੀ ਅੱਖੀ ਦੇ ਸਾਵੇਂ, ਉਹ ਮੋੜ ਵੀ ਬੈਠੇ ਨੀ ਮੈਨੂੰ ਵੇਖ ਕੇ, ਉਹਦੀ ਇਤਨੀ ਜੁਰਾਤ ਮੈਨੂੰ ਬਈ ਆਖੇ ਮੈਨੂੰ ਕੀ ਪਤਾ ਉਦੋਂ ਹੀ ਬਾਹਰ ਵਧਾ ਉਸੇ, ਮਤਲਬ ਉਹਨੂੰ ਡਰ ਖੋਫ ਹੀ ਕੋਈ ਨੀ ਵਧੇ। ਹਾਂ ਹਾਂਜੀ ਜਾ ਛੋਰੇ ਉਹਦੇ ਪੈਰ। ਸਲਾਮ ਅਲੈਕੁਮ। ਵਾਲੇਕੁਮ ਅਸਲਾਮ, ਕੀ ਹਾਲ ਹੈ? ਠੀਕ ਹੋ ਜੀ? ਆਓ ਜੀ, ਕੀ ਹਾਲ ਹੈ? ਠੀਕ ਹੈ, ਫਿੱਟ ਹੋ? ਕਿਦੇ ਪਰਦੇਸੀ ਬੰਦੇ ਆ? ਨਾ ਮੇਰੇ ਮਲੰਗੀ ਹੈ, ਇਹ ਮੇਰਾ ਪੁੱਤਰ ਹੈ। ਇਹਦੇ ਨਾਲ ਤਾਂ ਇੱਕ ਦੋ ਵਾਰੀ ਮੇਰੀ ਮੁਲਾਕਾਤ ਹੋਈ ਹੈ ਤੇ ਤੁਹਾਨੂੰ ਨਹੀਂ ਜਾਣਦਾ ਮੈਂ। ਹਾਂਜੀ, ਕਿਵੇਂ ਹੋਈ ਹੈ? ਆ ਦੋ ਤਰ੍ਹਾਂ ਵਾਰੀ ਸੀਮਾ ਸ਼ੀਮਾ ਦੇ ਰੋਲੇ ਚ ਆਇਆ ਤੇ ਆਖੇ ਕੋਈ ਡਾਟਾ ਕਢਾਉਣਾ ਹੈ ਤੇ। ਹਾਂਜੀ ਉਹ ਕੰਮ ਕਰਦੇ ਹੋ? ਹਾਂਜੀ ਮੈਂ ਉਹ ਕੰਮ ਸੇਮੀ ਐਸਾ ਕਿ ਮੈਂ ਕਿ ਪੰਜ ਪੰਜ ਹਾਂ ਡਾਟਾ ਕਢਾਉਣਾ ਹੈ। ਹਾਂ ਕੋਈ ਡਾਟਾ ਕਢਾਉਣਾ ਹੈ ਕੀ ਮਸਲਾ? ਨਹੀਂ 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 ਸਾਡਾ ਉਹ ਮਸਲਾ ਨਹੀਂ, ਮੈਂ ਜ਼ਿੰਮੇਦਾਰ ਹਾਂ, ਅੱਲਾ ਦਾ ਸ਼ੁਕਰ ਹੈ। ਅੱਛਾ, ਬੋਂ ਕੋ ਜਲਾ ਦਿੱਤੋ ਹੈ, ਸਮਝ ਆਈ? ਹੁਕਾ ਚਿਕਦੇ ਹੋ? ਹਾਂਜੀ ਚਿਕਦੇ ਆ। ਅੱਛਾ, ਲੇਕਿਨ ਪੁੱਤਰ ਖੜੀ ਗਈ ਐਸ ਵਸਤੀ ਚ ਮੈਂ ਐਵੇਂ ਉਹਦਾ ਕੋ ਬਾਵਲ ਜੇ ਪਈ ਹੈ ਬੰਦਿਆ ਦੱਸਿਆ ਕੀ ਪੂਰਾ ਸਾਰਾ ਹੈ? ਨਹੀਂ 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 ਦੱਸਣਾ ਦੰਮੀ ਸ਼ਾਮੀ ਸਾਡੀਆਂ ਤੌਣਾ ਪੱਕੀਆਂ ਰਹਿ ਜਾਂਦੀਆਂ, ਅਸੀਂ ਬਹੁਤ ਪਰੇਸ਼ਾਨ ਆ ਵੀ ਰਾਹ ਸਾਡਾ ਸੋਹਣਾ ਸੁਣਖਾ ਹੱਟਾ ਗੱਟਾ ਜ਼ਹਿਨੀ ਤਵਾਜ਼ਨ ਨਹੀਂ ਸੁ ਠੀਕ। ਨਹੀਂ ਨਹੀਂ ਮੇਰੇ ਪੁੱਤਰ ਤਾਂ ਜ਼ਹਿਨੀ ਤਵਾਜ਼ਨ ਉਹ ਸਹੀ ਹੈ,
ਸੋਹਣਾ ਸੋਹਣਾ ਖਾਣਾ ਨਿਕਲਾ ਹੈ, ਨਿਕਲਾ ਇਹ ਤੇ ਤੂੰ ਨਿਕਲਾ ਬਿਲਕੁਲ ਹੀ ਨਿਕਲਾ ਹੈ, ਨਹੀਂ ਜਵਾਨ ਹੈ ਉਹ ਜੋ ਇੱਥੇ ਤੋਂ ਦਾ ਮੂੰਹ ਹੈ ਫੈਸਲਾਬਾਦ ਤੂੰ ਪਰ ਪੁੱਛ ਖਾਣ ਬਸ ਅੱਲਾ ਪਾਕ ਦੀ ਦੇਣ ਹੈ ਤੇ ਉਦੋਂ ਹੋ ਗਬਰੂ ਹੀ ਹੋਇਆ ਮੋੜੋ ਤੇ ਨਿਤਵਾ ਸਨ ਵੀ ਠੀਕ ਹੈ ਤੇ ਮੋੜ ਕਿਵੇਂ ਖੜੀ ਗਿਆ ਕੀ ਸਮਝ ਨਹੀਂ ਨਿਸ਼ਾਨੀਆਂ ਦੇ ਨਾ ਚੰਗੀ ਸੋਹਣੀ ਜਿਹੀ ਦਾੜੀ ਜੈਸੂ ਚਿੱਟਾ ਨਿਸ਼ੂ ਸਫਾਇਦ ਚਿੱਟਾ ਦਰਸ਼ਨ ਵਾਲਾ ਦਰਸ਼ਨ ਵਾਲਾ ਹੀਰੋ ਮਾਲੂਮ ਹੁੰਦੇ ਵਾਲ ਗੁਤੜੀ ਤੈ ਵਾਂ ਗਈ ਹਾਂ ਜੈਂ ਜੇ ਮੇਰੇ ਦਿੱਤੀ ਸੀ ਸਵਾਲ ਵਾਲਾਂ ਲੋ ਤਾਂ ਪਿਓ ਤੇ ਗਿਆ ਬਾਕੀ ਸਾਰਾ ਤੇਰੇ ਤੇ ਨਹੀਂ 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 ਮੈਂ ਆਦਾ ਮੇਰਾ ਉਹ ਹਰਾਮ ਦਾ ਨਹੀਂ ਸਮਝ ਆਈ ਉਹ ਹਰਾਮ ਦਾ ਨਹੀਂ ਮੇਰਾ ਇਸੇ ਹਿਸਾਬ ਕਿਤਾਬ ਦਾ ਹਾਂ ਮੈਂ ਇਹਦੇ ਘਰ ਰਿਸ਼ਤਾ ਕੀਤਾ ਮੰਮਾ ਦੀ ਆ ਰਹੀ ਆ ਇਥੋਂ ਹੀ ਜਾ ਸੋ ਨਾ ਇਹ ਸੜਕ ਤੇ ਹੀ ਅਗਾ ਕਰਕੇ ਤੇ ਅੱਗੂ ਮੋੜ ਸੀ ਕਿੱਕੁਰ ਜਿਹਾ ਨੀ ਛਾਂਦਾ ਖਲੋਤਾ ਮੋੜ ਦੇ ਵਿੱਚ ਉਹਦੇ ਨਾਲ ਹੀ ਹਟਿਆ ਨਾਲ ਹੀ ਖੱਜੀ ਨਜ਼ਰਮ ਸੀਗੇ ਸਾਵੀ ਡਾਰੀ ਦੇ ਨਾਲ ਉੱਥੇ ਉਹਨਾਂ ਦਾ ਖੂਹ ਹੀ ਨੇ ਤੇ ਘਰ ਸ਼ਾਰੀ ਨੇ ਉੱਥੇ ਛੋਰ ਤਾਂ ਮੈਂ ਇਹ ਤਰ੍ਹਾਂ ਦਾ ਵੇਖਿਆ ਵਾਲ ਵੱਡੇ ਤੇ ਚੰਗਾ ਝਰਗਾ ਜਿਹਾ ਮੂੰਹ ਵਾਕਿਆ ਵੱਡਾ ਹੀ ਸੀ ਆਮ ਬੰਦਿਆਂ ਦੇ ਸਹਿਜ ਨਾਲੋਂ ਵੱਡਾ ਮੂੰਹ ਹੀ ਸੀ ਤੇ ਉਹ ਉੱਥੇ ਮੈਂ ਵੇਖਿਆ ਹੀ ਲੰਘਾ ਕੇ ਟੁਰਦਾ ਥੋੜਾ ਲੰਘਾ ਇਸ ਮੇਰਾ ਮੈਲੀ ਸ਼ੈਲੀ ਤੇ ਪਾਗ ਸਿਰ ਤੇ ਬੰਦਾ ਨਾ 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 ਮੇਰਾ ਪੁੱਤਰ ਮੈਲੀ ਬੰਦਾ ਤੇ ਨਾ ਲੰਘਾਂਦਾ ਚੱਲ ਪੁੱਤਰ ਮੇਰੀ ਗੱਲ ਸੁਣ ਤੂੰ ਮੇਰਾ ਪੁੱਤਰ ਆ ਜਾਂਦਾ ਐਂ ਨਾ ਜਿਵੇਂ ਕਾਬਿਲ ਦੇ ਪਠਾਨ ਨਹੀਂ ਹੁੰਦੇ ਐਂ ਐਂ ਬਾਕੀ ਸਾਰੀ ਐਵੇਂ ਗੱਲ ਐ ਪਰ ਉੱਥੇ ਮੇਰੀ ਮੰਗੇਤਰ ਨੂੰ ਘੇਰਾ ਪਾਈ ਵਦੇ ਆ ਜਿਹੜੀਆਂ ਨਿਸ਼ਾਨੀਆਂ ਜਿਹੜੀਆਂ ਨਾ ਉਹ ਜੋ ਉਸੇ ਵਾਂਗ ਰਲਦਾ ਮਿਲਦਾ ਏ ਤੇ ਹੈ ਇਹ ਵੀ ਖੰਜ਼ੀਰ ਨਵਾਂ ਆਇਆ ਪਤਾ ਨੀ ਕਿਹੜੀ ਪਾਸੋਂ ਆਇਆ ਤੇ ਉਹ ਮੇਰੀ ਮੰਗੇਤਰ ਨੂੰ ਐਂ ਪਟੂ ਪਾਇਆ ਈ ਸੋ ਬਈ ਉਹ ਮੈਥੂ ਐਂ ਸਿਰੂ ਗਈ ਏ ਅੱਬਾ ਮੈਂ ਦੱਸਣਾ ਪਿਆਰ ਤਾਂ ਹਾ ਕਿਸ ਨਾਲ ਕਰਦਾ ਬਾਹਰ ਫੋਨ ਸ਼ੋਨ ਕਰਦਾ ਲੇਕਿਨ ਨੀਂਜ ਵੀ ਬਮੰਦੋ ਨਹੀਂ ਬਈ ਜਿਵੇਂ ਆ ਭਾਈ ਇਹ ਉਹ ਬਾਹਰ ਫੋਨ ਕਰਨ ਤੇ ਤੂੰ ਮੈਨ ਹੋਣ ਤਾਂ ਕਿਉਂ ਨਹੀਂ ਦੱਸਿਆ ਉਹ ਬੇਕਾ ਲਾ ਅੱਬਾ ਉਹ ਬਿਰਾ ਦੀ ਗੱਲ ਲੁਕਾਈ ਰੱਖੀ ਆਈ ਨਿੱਕਾ ਬਿਰਾ ਮੈਂ ਨਾ ਕਾਤ ਮੇਰੇ ਜਿਹੜਾ ਉਹ ਮੂੰਹ ਜ਼ੋਰ ਹੋ ਗਿਆ ਹੁਣ ਉੱਥੇ ਮੈਂ ਕੀ ਕਹਾਂਦਾ ਮੈਂ ਤਾਂ ਉਹ ਹੀ ਵੇਖਿਆ ਜੀ ਹੋਰ ਕੋਈ ਪੁੱਤਰ ਮੇਰਾ ਪੁੱਤਰ ਲੰਗੜਾ ਨਹੀਂ ਮੇਰਾ ਪੁੱਤਰ ਲੰਗੜਾ ਨਹੀਂ ਕਿਦੋਂ ਹੋਰ ਨੂੰ ਤਲਾਸ਼ ਕਰ ਲੈ ਉਹ ਨੁੰਜੇ ਜਿਵੇਂ ਮੈਂ ਤੈਨੂੰ ਦੱਸਿਆ ਸੇਮ ਐਵੇਂ ਚਰਗਾ ਮੂੰਹ ਚੰਗਾ ਨਿਸ਼ਾਨ ਦਾ ਦਾੜੀ ਰੱਖੀ ਹੋ ਗੋਰਾ ਨਸ਼ੂ ਕਾਬਲ ਦਾ ਪਠਾਨ ਕਾਬਲ ਦਾ ਪਠਾਨ ਤਾਂ ਮੋਰ ਤੁਸੀਂ ਬਣਾਈ ਵਦੇ ਹੋ ਮੈਂ ਤਾਂ ਉਹਨੂੰ ਇਥੋਂ ਦਾ ਮੋਚੀ ਨਾ ਬਣਾਵਾਂ ਤੇ ਬਾਕੀ ਉਹਨ ਚੰਗਾ ਤਰਕੜਾ ਚੋਰ ਹੈ ਉਹ ਚੰਗਾ ਤੂੰ ਸਦੋਵਾਂ ਨਾਲੋਂ ਤਰਕੜਾ ਤੇ ਆ ਲਾ ਤਈ ਕਰਕੇ ਰੱਖਦਾ ਮੈਨੇ ਅਗਲਾ ਨਹੀਂ ਪਤਾ ਤੇ ਗੇਰਾ ਉਹ ਸਵਾਣੀ ਇਮਰਾਨ ਮੇਰੀ ਜਿਹੜੀ ਮੰਗੇਤਾ ਰਿਹਾ ਉਹਨੂੰ ਦਿੱਤਾ ਹੋਇਆ ਕੋਈ ਰੋਲਾ ਨਹੀਂ ਇਹ ਮੇਰੇ ਖਿਆਲ ਉਹਨੂੰ ਨਹੀਂ ਬਰਦਾਸ਼ਤ ਕਰਦਾ ਹੋਣਾ ਕੁੱਤੇ ਕੁੱਤੇ ਦਾ ਵੈਰੀ ਹੁੰਦਾ ਆ ਉਹ ਨਵਾਂ ਬੰਦਾ ਆਇਆ ਹੋਇਆ ਏ ਤੇ ਇਹ ਤਾਂ ਪਤਾ ਨਹੀਂ ਕੋਈ ਵਣ ਬਣ ਵੀ ਹੋ ਜਾਂਦੀ ਏ ਲੇਕਿਨ ਸਾਡਾ ਵਿਰਾਹ ਇੰਜ ਤਾਂ ਨਹੀਂ ਉਹ ਤਾਂ ਸੋਹਣਾ ਸੋਹਣਾ ਘਾਟਾ ਘੱਟਾ ਤੂੰ ਉੱਚੀ ਅਸੀਂ ਉਸ ਉਸ ਵਿਹੜੇ ਜਾਂਦੇ ਹਾਂ ਉਸ ਭਾਈ ਉਹ ਕੀ ਨਾਂ ਹੈ ਉਸ ਭਾਈ ਦਾ ਮੰਮਾ ਯਾਰ ਮੰਮਾ ਯਾਰ ਮੰਮਾ ਦੀ ਬਜ਼ੁਰਗ ਜੀ ਆ ਬੰਦਾ ਜੀ ਆ ਬਜ਼ੁਰਗ ਵੱਡੀ ਉਮਰ ਦਾ ਵੱਡੀ ਉਮਰ ਮੈਂ ਤਾਂ ਹੰਬੋ ਹੁਣ ਪਰ ਮੈਂ ਤਾਂ ਹੱਪ ਗਿਆ ਜਿਵੇਂ ਬੰਦਾ ਕੋ ਪਾਣੀ ਸ਼ਾਣੀ ਤੁੰਨ ਪੀ ਭਾਈ ਬਸ ਕੋਈ ਲੋੜ ਨਹੀਂ ਪਾਣੀ ਦੀ ਪਾਣੀ ਉਦਾਂ ਨਹੀਂ ਹੁਣ ਪੀ ਬਣਾ ਜਦ ਆਪਣਾ ਚੱਲ ਨਜ਼ਰ ਆਇਆ ਜੇ ਪੋਤਰੋ ਤੁਹਾਡਾ ਉਹ ਹੀ ਨਿਕਲਿਆ
ਤੇ ਜਿਹੜੀ ਅੱਗੇ ਤੋਂ ਗੱਲ ਕੀਤੀ ਨਾ, ਕੁੱਤਾ ਕੁੱਤੇ ਨੂੰ ਨਹੀਂ ਸਹਿ ਸਕਦਾ, ਮੁੜ ਹੈ ਹੀ ਓਈ ਕੁੱਤੇ ਤੂੰ ਭੇੜਾ ਜੰਮਿਆ। ਠੀਕ ਹੈ ਪੁੱਤਰ, ਮੈਂ ਤੈਨੂੰ ਜਵਾਬ ਦੇ ਪਾਣੀ ਆਪਣੇ ਇਲਾਕੇ ਦਾ ਜ਼ਿੰਮੇਦਾਰ ਆ, ਤੈਨੂੰ ਸੋਹਣਾ ਜਵਾਬ ਦੇਵਾਂ ਮੈਂ, ਲੇਕਿਨ ਮੈਂ ਜਵਾਬ ਇਸ ਤੋਂ ਨਹੀਂ ਦਿੰਦਾ। ਮੈਂ ਰੋਲਾ ਕਰੀ ਦੇ ਨਾਲ ਗੱਲ ਕਰਨ ਦਾ, ਫਿਰ ਸਾਨੂੰ ਇਹ ਜਾਣਦਾ ਹੀ ਨਹੀਂ, ਇਹ ਸਾਨੂੰ ਹੀ ਲੱਸ ਹੀ ਜਾਂਦਾ ਤੇ ਮੇਰੇ ਨੌਕਰ ਖੁਦ ਦੇ ਚਬਾ ਲਈ ਪਤਾ ਨਹੀਂ ਹੈ ਤਾਂ ਕੁੱਤਾ ਖੀਰ ਖਾਂਦਾ ਪਿਆ, ਇਤਨੇ ਮੁਰੱਬੇ ਦੱਸਦਾ ਪਿਆ, ਉਹ ਤਾਂ ਇੱਥੋਂ ਮੁਰੱਬਾ ਪਾਈਆ ਮੁਰੱਬੇ ਦਾ ਦੂਆ ਨਹੀਂ ਖਾਈਦਾ, ਇਤਨੇ ਕਿੱਲੇ ਬੂਹੀ ਦੇ ਮੁਰੱਬੇ ਤੂੰ ਲਈ ਬਣਾ ਜਾ ਗਿਰਾਦ ਨਲੀ ਆ, ਜ਼ਿਮੀਦਾਰ ਤਾਂ ਵੇਖ ਬੂਥਾ। ਸ਼ਿਟ ਸਾਰੇ ਤੀਲੇ ਲਾ ਲੇ ਬਾਬਾ ਉਰਾਮ ਦਾ ਪਿਆ ਸਹਿ ਜਾਂਦਾ। ਉਤਾ ਠੀਕ ਹੈ ਨਾ, ਭੁੱਖ ਤੇ ਮਾਰੇ ਆਇਆ ਜੀ, ਹੋਰ ਕਿਉਂ ਆਉਣਾ? ਭੁੱਖ ਤੇ ਮਾਰੇ ਆਇਆ ਜੀ, ਭੁੱਖ ਤੇਰੀ ਇੱਥੇ ਨਿਕਲੀ ਆ ਕੇ ਜੀ। ਕੀ ਹੋਇਆ, ਕੀ ਬਣਿਆ, ਕਿਉਂ ਲੜਦੇ ਪਏ? ਉਹ ਲੜਦਾ ਪਿਆ ਮੈਂ, ਉਹ ਇਹਦੇ ਦਿਲ ਨੂੰ ਪਤਾ ਕੀ ਬਣਿਆ ਕਿ ਅਮਨ ਸ਼ੇਰ ਆਇਆ ਘਰ ਹੈ ਪੱਕ ਨਾਲ, ਅਮਨ ਸ਼ੇਰ ਤੀਲੀ ਲਾ ਦਿੱਤੀ, ਅਮਨ ਸ਼ੇਰ ਤੀਲੀ ਨਹੀਂ ਲੱਗੀ, ਅਮਨ ਸ਼ੇਰ ਤਸੱਲੀ ਦਿੱਤੀ ਹੈ, ਲੱਗ ਗਈ ਹੈ। ਤੇ ਜਦੋਂ ਤੂੰ ਚੁੱਪ ਕਰ, ਮੈਂ ਇਹਨਾਂ ਨਾਲ ਗੱਲ ਕਰਦਾ ਪਿਆ। ਅੱਛਾ ਕਿਸ ਮਕਸਦ ਵਾਸਤੇ? ਸੱਚੀ ਗੱਲ ਸੀ, ਮੈਂ ਤੇਰੀ ਚਾਟਾ ਨਾਲ ਉਡਾ ਦਿਸਾਂਗੇ। ਨਹੀਂ ਚੋਰੇ ਪਾਸੇ ਤੂੰ ਹੋ ਨਾ, ਵਾੜ ਜਾ ਆਪਾਂ ਹੁਣ ਇਸ ਨੂੰ ਗੱਲ ਨਹੀਂ ਕਰ, ਤੁਸੀਂ ਹਟ ਜਾਓ ਜੀ ਅੱਗੋ। ਨੌਕਰ ਹੈ ਤੂੰ, ਨੌਕਰ ਨੌਕਰ ਹੈ, ਉਸ ਦੀ ਵੀ ਕੋਈ ਸੈਲਫ ਰਿਸਪੈਕਟ ਹੈ, ਇਸ ਦਾ ਮਤਲਬ ਇਹ ਨਹੀਂ ਕਿ ਤੂੰ 24 ਘੰਟੇ ਉਸ ਦੇ ਸਿਰੇ ਨਹੀਂ ਆਲੀਏ, ਤੂੰ ਹਟ ਜਾ ਨਾ, ਮੈਂ ਗੱਲ ਕਰਨ ਦੇ, ਅਸੀਂ ਗੱਲ ਕਰਦੇ ਹਾਂ। ਮੈਂ ਆਪ ਛੋੜਨਾ, ਮੈਂ ਤੁਸੀਂ ਕੁਝ ਨਹੀਂ ਆਖਣਾ, ਬਸ ਛੋੜੇ, ਮੇਰਾ ਹੱਥ ਉੱਠ ਜਾ ਸੀ ਤੇਰੇ ਉੱਤੇ, ਤੂੰ ਮੈਨੂੰ ਮਾਰਨਾ, ਲੇਕਿਨ ਉਹਨੂੰ ਨਹੀਂ ਮਾਰ ਸਕਦਾ। ਐਂ ਪਿਛਾ ਹਟ, ਤੂੰ ਮੈਂ ਆਪਾਂ ਮੈਂ ਦੱਸ ਰਿਹਾ ਨਾ ਮਾਰੀ ਪਿਆ, ਬਸ ਤੂੰ ਕਿਸ ਮਕਸਦ ਇਸੇ ਵਾਸਤੇ ਤੂੰ ਆਇਆ? ਓਏ ਆ ਵੇਖ, ਇੱਕ ਇੱਕ ਮੌਕਾ ਤੇ ਪਤਾ ਨਹੀਂ ਕਿਦੋਂ ਦਾ ਹੈ ਤੇ ਇਹਦੇ ਪਿੱਛੇ ਆਇਆ, ਉਹ ਮੈਨੂੰ ਆ ਮਨ ਸੇ ਦੱਸਦਾ ਪਿਆ, ਤੇਰਾ ਐਡਾ ਘਟੀਆ ਜ਼ਮੀਰ, ਐਡਾ ਤੂੰ ਗੰਦਾ ਬੰਦਾ, ਬੈਠੀ ਤੇ ਇਲਜ਼ਾਮ ਲਾ ਕੇ ਗਿਆ, ਇਸ ਗੱਲ ਤੇ ਤੂੰ ਮੁਤਮਿਨ ਨਹੀਂ? ਇਲਜ਼ਾਮ ਜਿਹੜੀ ਮੈਂ ਉਸ ਨਾਲ ਕਰ ਛੱਡੀ ਉਹ ਨੂੰ ਬਹੁ ਹੈ, ਤੇ ਜਿਹੜੀ ਉਹ ਮੇਰੇ ਨਾਲ ਕਰ ਗਿਆ ਉਹ ਮੇਰੀ ਜ਼ਿੰਦਗੀ ਨੂੰ ਬਹੁ ਹੈ। ਮੈਨੂੰ ਮਾਫ ਕਰੀ, ਹੁਣ ਮੈਂ ਚੁੱਪ ਨਹੀਂ ਰਹਿ ਸਕਦੀ, ਅੱਜ ਮੇਰਾ ਪਿਓ ਤੇਰੇ ਦੇ ਹੱਥ ਨਹੀਂ, ਮੈਂ ਅੱਜ ਚੁੱਪ ਨਹੀਂ ਰਹਿ ਸਕਦੀ, ਮੈਂ ਆਖ ਛੱਡਣਾ, ਮੈਂ ਤੂੰ ਬਰਦਾਸ਼ਤ ਨਹੀਂ ਹੋਈ ਤੇਰੀ, ਹੋਰ ਬੇਇੱਜ਼ਤੀ ਮੈਂ ਨਹੀਂ, ਅਸੀਂ ਅੰਨੇ ਹੋਏ ਪਏ, ਤੂੰ ਮੇਰੀ ਖਾਤਰ ਕੀ ਨਹੀਂ ਕੀਤਾ? ਮੈਂ ਆਖਿਆ ਨਾ, ਅੱਜ ਮੈਨੂੰ ਦੱਸਾਂ ਪਿਛਾ ਟੈਨ ਛੋੜ, ਅਬਾ ਚਿਪ ਮੈਂ ਤੇ ਲਾਵੀ, ਅਬਾ ਬਸ ਹਲਿਆ ਹਲਿਆ ਹਲਿਆ, ਅੱਜ ਦੀ ਅੱਜ ਨੌਕਰ ਲੱਗੇ ਸਾਹਮਣੇ ਇਹ ਖਲੋਤੀ ਹੋਈ, ਉਹ ਨੌਕਰ ਨਹੀਂ ਹੈ, ਨੌਕਰ ਇਹ ਤਾਂ ਹੋਰ ਕੌਣ ਹੈ, ਓਏ ਗਰੀਬ ਨੂੰ ਤਾਂ ਮੈਂ ਪਨਾਹ ਦਿੱਤੀ, ਇਸ ਵਾਰ ਦਿੱਤੀ ਕਿ ਮੇਰੀ ਇੱਜ਼ਤ ਮੇਰਾ ਮਾਨੂ ਮੇਰਾ ਮਾਨੂ, ਉਹ ਦੁੱਗੀ ਦੇ ਵਾਗ ਗਿਆ, ਅੱਗੇ ਵਾ ਸਰਵਿਸ ਦਲੀਲ ਕੀਤੇ ਮੇਰਾ ਮਾਨੂ, ਮੈਨੂੰ ਸਫਾਈ ਦੇਵਣ ਕਰਕੇ ਮੈਂ ਇਸ ਕਦਰ ਤੈਨੂੰ ਪਿਆਰ ਕਰੇ ਨਾ, ਔਰ ਤੂੰ ਕੀ ਕੀਤਾ? ਉਹ ਅਮਨ ਸ਼ੇਰ ਦੇ ਆਖੇ ਲੱਗ ਕੇ ਉਸਦੇ ਹੱਥ ਚਾਹ ਦੇ, ਉਹਦੀ ਸ਼ਰਾਫਤ ਵੇਖੋ, ਮੁੜੀ ਚੁੱਪ ਕਰਕੇ ਖਲੋਤਾ ਹੀ ਅੱਬਾ, ਕੋਈ ਨੀ ਪਰ ਨਾ ਕਿ ਲੈ ਕੇ ਸਭਾ ਮੈਂ ਚਾਹੁੰਦੀ ਤਾਂ ਮੈਂ ਨੱਸ ਵੀ ਸਕਦੀ ਆਮੋ।
ਮੈਂ ਮਾਲਕ ਹਾਂ, ਮੈਂ ਆਪਣੀ ਮਰਜ਼ੀ ਦੀ ਮਾਲਕ ਹਾਂ, ਮੈਂ ਨਿਕਾਹ ਕਰ ਸਕਦੀ ਹਾਂ। ਉਸ ਆਖਿਆ ਤੇਰਾ ਪਿਓ ਇਜਾਜ਼ਤ ਦੇ ਸੀ ਦਿੱਤਾ, ਤੇਰੇ ਪਿੱਛੇ ਉਸ ਚਾਵਾਂ ਬਣਾਈਆਂ, ਤੇਰੇ ਪਿੱਛੇ ਉਸ ਬੋਏ ਮੇਲੇ, ਤੇਰੇ ਪਿੱਛੇ ਉਸ ਬੋਖਰਾ ਦਿੱਤੀਆਂ, ਤੇਰੇ ਪਿੱਛੇ ਬਾਂਡਤ। ਅੱਬਾ ਤੈਨੂੰ ਮੁਤਮਿਨ ਕਰਨ ਕਾਰਨ ਉਸ ਕੀ ਨਹੀਂ ਕੀਤਾ? ਤੇ ਉਸ ਕੂੜ ਤਾਂ ਮਾਰਿਆ ਹੈ ਨਾ, ਕਿਉਂ ਕੂੜ ਮਾਰਿਆ? ਮੈਂ ਦੱਸ ਛੱਡਾ ਕਿ ਮੈਂ ਮਲੰਗੀ ਦਾ ਪੋਤ ਹਾਂ। ਉਸ ਮੁਹੱਬਤ ਨੂੰ ਸਫਾਈ ਦਿੱਤੀ ਹੈ, ਮੈਂ ਹੱਥ ਉਸ ਪਰੂਵ ਕੀਤਾ ਕਿ ਤੇਰੇ ਪਿਆਰ ਵਿੱਚ ਮੈਂ ਕੁਝ ਵੀ ਕਰ ਸਕਦਾ। ਹੱਥ ਕਿਉਂ ਜੁੜਿਆ ਤੇ ਪਿਓ ਨੂੰ ਮੁਤਮਿਨ? ਤੂੰ ਗਰੀਬ ਹੈ, ਅਸੀਂ ਐਵੇਂ ਕਿਵੇਂ ਸਰਦਾਰ ਹਾਂ? ਮੈਨੂੰ ਪਤਾ ਹੈ, ਮੈਨੂੰ ਪਤਾ ਸਰਦਾਰ ਹੈ। ਮੈਂ ਉੜਦੀ ਉੜਦੀ ਗੱਲ ਸੁਣੀ ਆ ਪੇ ਤੁਹਾਡਾ ਛੋਰ ਖੜੀ ਗਿਆ, ਲੇਕਿਨ ਮੈਨੂੰ ਇਹ ਨਾ ਪਤਾ ਪੇ ਤੁਹਾਡਾ ਪੁੱਤ ਨਹੀਂ ਹੈ ਮੇਰਾ ਮੇਰਾ ਟੁਕੜਾ। ਚਾਚੇ ਤੂੰ ਹੱਥ ਚਾਵਨ ਤਾਂ ਪਹਿਲੇ ਇੱਥੇ ਸੋਚ ਲੈਣਾ ਸੀ ਤੂੰ ਕਿਹਦੇ ਤੇ ਹੱਥ ਚਾਂਦਾ ਪਿਆ। ਚੁੱਪ ਕਰ, ਹਲੇ ਚੁੱਪ ਕਰ, ਮੈਨੂੰ ਕੋ ਪਤਾ ਨਹੀਂ, ਮੈਨੂੰ ਖਾਬ ਆ ਗਿਆ। ਅੱਛਾ ਠੀਕ ਹੈ, ਕੁਝ ਵੀ ਨਹੀਂ ਕੱਢਦੇ ਪਏ ਸਾਹਨੇ ਇਸ ਗੱਲ ਦਾ ਪਤਾ। ਬਸ ਕਰ, ਬਹੁਤ ਕੰਮੀ ਬਣ ਲਈ। ਅਰੇ ਉਹ ਲੋਕ ਨਹੀਂ ਹਨ ਤੇਰੀਆਂ ਵਫਾਵਾਂ ਦੀਆਂ ਕਦਰਾਂ ਪੈਸੇ। ਮੈਂ ਤੈਨੂੰ ਆਖਿਆ ਹੀ ਹੈ, ਛੋਟੇ ਜ਼ਿਮੀਦਾਰ ਤੇ ਵੱਡੇ ਜ਼ਿਮੀਦਾਰ ਦਾ ਇਹੋ ਫਰਕ ਹੁੰਦਾ। ਉਹ ਜ਼ਿਮੀਦਾਰ ਜ਼ਮੀਨ ਨਾਲ ਨਹੀਂ, ਜ਼ਿਮੀਦਾਰ ਦਿਲ ਨਾਲ ਹੁੰਦਾ ਹੈ। ਦਿਲ ਬਾਦਸ਼ਾਹ ਹੋਣਾ ਚਾਹੀਦਾ ਹੈ। ਇਹ ਲੋਕ ਟੱਪਾ ਜ਼ਮੀਨ ਦਾ ਵੱਧ ਜਿਸ ਕੋਲ ਹੋਵੇ ਉਹਨੂੰ ਜ਼ਿਮੀਦਾਰ ਸਮਝਦੇ, ਪਰ ਦਿਲ ਦੇ ਸੱਚ ਤੇ ਐਵੇਂ ਸ਼ੂਮ ਹੈ। ਇਹਨਾਂ ਦੇ ਦਿਲਾਂ ਦੇ ਵਿੱਚ ਕੋਈ ਕਦਰ ਨਹੀਂ। ਬਜ਼ੁਰਗੋ, ਯਕੀਨ ਮੰਨੋ, ਮੈਂ ਕੋਈ ਐਸਾ ਗਲਤ ਕੰਮ ਨਹੀਂ ਕੀਤਾ। ਮੈਂ ਸੱਚੇ ਦਿਲ ਨਾਲ ਇਸ ਨਾਲ ਪਿਆਰ ਕੀਤਾ। ਇਸ ਘਰ ਵਿੱਚ ਤੂੰ ਜੋ ਮਰਜ਼ੀ ਹੋਰ ਕੁਰਬਾਨੀ ਜਿਹੜੀ ਅਕਸੋ ਮੈਂ ਤਾਂ ਦੇਵਣ ਨੂੰ ਤਿਆਰ ਹਾਂ। ਠੀਕ ਹੈ ਮੇਰਾ ਪਿਓ। ਵਾਹ ਕਮਲਿਆ ਵਾਹ। ਤੇ ਕਮਲਿਆ, ਇਹ ਗੱਲ ਲੁਕਾਵਾਂ ਵਾਸਤੇ ਤੁਸੀਂ ਮੈਨੂੰ ਦੱਸ ਨਾ ਸਕਦੇ ਕਿ ਤੁਸੀਂ ਆਪਸ ਵਿੱਚ ਦੋਵੇਂ ਪਿਆਰ ਕਰਦੇ ਆ? ਮੈਂ ਐਡਾ ਪੱਥਰ ਦਿਲ ਆ, ਮੈਂ ਡਰਦਾ ਆ ਮੈਂ ਮੰਗਣੀ। ਤੇਰੀ ਜ਼ਬਾਨ ਸਾਨੂੰ ਲੋਹੇ ਦੀ ਲਕੀਰ ਲੱਗਦੀ ਪਈ ਆ ਅੱਬਾ, ਕਿ ਤੂੰ ਆ ਕੇ ਸ਼ਾਦੀ ਹੋਸੀ ਤੋਂ ਦਾਈ ਮੁੜ ਮੈਂ ਵੀ ਇਹਨੂੰ ਆ ਕੇ ਕਰ ਅੱਬਾ, ਸ਼ਾਦੀ ਮਰਜ਼ੀ ਨਾਲ ਨਾ ਕਰੇ ਸੀ ਨਾ। ਮੈਨੂੰ ਮਾਫ ਕਰ ਦੇਵੇ, ਤੇਰੇ ਪਿੱਛੇ ਬਹੁਤ ਦਰਦ ਸਹਿਣ, ਬਹੁਤ ਤਕਲੀਫਾਂ ਸਹੀਆਂ। ਕੋਈ ਫਰਕ ਨਹੀਂ, ਮੇਰਾ ਪੁੱਤਰ ਮੇਰਾ ਖੂਨ ਹੈ, ਮੈਂ ਇਸ ਕਾਬਿਲ ਨਹੀਂ। ਤੂੰ ਆਪਣਾ ਸ਼ਹਿਜ਼ਾਦਾ ਹੈ, ਮਾਂ ਪਿਓ ਦਾ ਜਹਾਂ ਵਗ ਜਾ ਤੂੰ। ਨਹੀਂ, ਮੈਂ ਤਾਂ ਤੈਨੂੰ ਇੱਥੋਂ ਲੈ ਕੇ ਜਾਸਾਂ। ਹੁਣ ਵਾਕਿਆ ਹੀ ਉਸ ਕੋਲ ਨਹੀਂ ਵਾਪਸ ਜਾਣਾ। ਅਸਮਾ, ਅੱਜ ਮੈਨੂੰ ਫਖਰ ਹੁੰਦਾ ਪਿਆ ਆਪਣੀ ਦੇਹ ਤੇ ਕਿ ਉਸ ਪਿਆਰ ਕੀਤਾ ਹੈ ਤੇ ਆਪਣੇ ਵਰਗੇ ਤੋਂ, ਬਲਕਿ ਆਪ ਤੋਂ ਵੱਧ ਨੂੰ ਕੀਤਾ, ਕਿਉਂਕਿ ਉਹਨੂੰ ਇਤਨਾ ਪਿਆਰ ਕਰਦਾ ਹੈ ਕਿ ਇੱਕ ਦੂਜੇ ਤੋਂ ਬਗੈਰ ਇਹ ਜਿੰਦੇ ਨਹੀਂ ਰਹਿ ਸਕਦੇ, ਕਿ ਇਹਦੀ ਖਾਤਰ ਸਾਡੇ ਕੀ ਕੀ ਨਹੀਂ ਕੀਤਾ, ਕਿਤਨੀਆਂ ਜਿੜਕਾਂ ਅਸਾਂ ਦਿੱਤੀਆਂ, ਉਸ ਬਰਦਾਸ਼ਤ ਕੀਤੀਆਂ। ਇਸ ਬੰਦੇ ਦਾ ਹੌਸਲਾ ਹੈ। ਮਲੰਗੇ, ਜੰਜ ਲਾ ਕੇ ਆ, ਮੇਰੇ ਦੇਹ ਨੂੰ ਮੇਰੇ ਘਰ ਚ ਪਰਨਾ ਕੇ ਲੈ ਜਾ। ਮੈਂ ਰਿਸ਼ਤੇ ਤੇ ਤੇਰੀ ਮਿਹਰਬਾਨੀ ਯਾਰ, ਕਮਲਿਆ ਕੀ ਮੈਂ ਜ਼ਿੰਮੇਦਾਰ ਹੋ ਕੇ ਤੇਰੇ ਕੋਲ ਜੁੜੇ ਨਾ, ਤੋ ਮੇਰੇ ਪੁੱਤਰ ਦਾ ਮਾਣ ਰੱਖ ਲੈ, ਮੇਰੇ ਯਾਰੇ ਦਾ ਮਾਣ ਰੱਖ ਲੈ। ਇਹ ਵੀ ਖੁੱਤਾ ਨੇ ਮੇਰੇ ਕਮਲੇ ਜੀ ਕੋਲ ਆ ਤੇ ਯਾਰੀ ਮੇਰੀ ਭਾਬੀ, ਮੇਰੀ ਭਾਬੀ ਇਹ ਸਾਡੀ ਅੱਬਾ ਮੇਰੀ ਭਾਬੀ ਹੈ ਨਾ, ਇਹ ਤੇਰੀ ਭਾਬੀ ਹੈ ਮੇਰੇ ਕੋਲ। ਸੋਹਣੀ ਹੈ ਨਾ, ਸੋਹਣੀ ਹੈ, ਸਹੀ ਰੋ ਲਿਆ ਮੇਰੀ ਭਾਬੀ ਪਿੱਛੇ ਇੱਕ ਰੱਖੋ। ਨਹੀਂ ਮੇਰੀ ਭਾਬੀ ਸੋਹਣੀ ਹੈ, ਸਮਝ ਆਈ ਹੈ ਨਾ, ਹੁਣ ਮੇਰੀ ਭਾਬੀ ਸੋਹਣੀ ਹੈ। ਬਸ ਜੋੜੀ ਰੱਬ ਨੇ ਬਣਾਈ ਆ। ਮੈਂ ਮਾਫੀ ਮੰਗਣੀ ਆਪਣੇ ਪਿਓ ਦੇ ਵਰਤਾਉ ਤੋਂ। ਨਹੀਂ ਨਹੀਂ ਨਹੀਂ, ਉਹ ਪਿਓ ਇੰਜੇ ਕਰਦੇ ਨੇ, ਪਿਓ ਆਈ ਉਸ ਜੋ ਸੁਣਿਆ ਉਸ ਵਾਸਤੇ ਪਿਓ ਇੰਜੇ ਕਰਦੇ ਨੇ, ਮੈਂ ਤਾਂ ਖੁਸ਼ ਹੋਈ ਏ। ਔਰ ਦੂਸਰਾ ਤੇਰੀ ਵਫਾ ਨੂੰ ਸਲਾਮ ਹੈ ਯਾਰ, ਹੋਰ ਅਜ਼ਮਾਲਾ ਨਹੀਂ ਨਹੀਂ ਕਦੀ ਵੀ ਨਹੀਂ, ਸਾਰੀ ਜ਼ਿੰਦਗੀ ਰੱਖ ਲਾ। ਲੰਗੜਾ ਤੂੰ ਕਿਦੂ ਹੈ?
ਬੋਲ ਗਿਆ ਅਸਲਾਮ ਵਾਲੇਕੁਮ ਜੀ ਮੈਂ ਤੁਹਾਡਾ ਮਾਨ ਜੀ ਤੁਹਾਡੇ ਸਾਹਮਣੇ ਮੇਰੀ ਟੀਮ ਸਾਰੀ ਮੌਜੂਦ ਹੈ ਨੇੜੇ ਮਾਰੀਆ ਵਾਲੇ ਅਸਾਂ ਸਟੋਰੀ ਜੀ ਤੁਹਾਡੇ ਕਾਰਨ ਬਣਾਈ ਅਸੀਂ ਇਹ ਵਿਖਾਉਣਾ ਚਾਹੁੰਦੇ ਸੀ ਕਿ ਕਈ ਗਮਲਿਆਂ ਜੀ ਮੁਹਬਤ ਨਹੀਂ ਜੇ ਸਬੂਤ ਦਿੰਦੇ ਰਹਿੰਦੇ ਕਿਹਨਾਂ ਦੀ ਪੂਰੀਆਂ ਹੋ ਜਾਂਦੀਆਂ ਕਿਹਨਾਂ ਛੋ ਦਿੰਦੇ ਉਹ ਇੰਨੀ ਪੂਰੀ ਹੋਣੀਆਂ ਕਿਹਨਾਂ ਨੂੰ ਪੁੱਠਾ ਹੀ ਪੈ ਜਾਂਦਾ ਸਾਰਾ ਕੰਮ ਕਿਹਨਾਂ ਨੂੰ ਸਿੱਧਾ ਵੀ ਹੋ ਜਾਂਦਾ ਮੇਰਾ ਬਖਸ਼ ਚੰਗਾ ਮੇਰਾ ਸਿੱਧ ਹੋ ਗਿਆ ਖੈਰ ਉਮੀਦ ਕਰਦਾ ਤੁਹਾਨੂੰ ਸਟੋਰੀ ਅੱਛੀ ਲੱਗੀ ਹੋ ਸੀਗੀ ਅਤੇ ਇਨਸ਼ਾਲਾ ਅਸੀਂ ਰੂਟੀਨ ਨਾਲ ਅੱਛੀ ਸਟੋਰੀ ਬਣਾਈ ਰੱਖਾਂਗੇ ਹੁਣ ਮੌਸਮ ਵੀ ਠੀਕ ਹੋ ਚੁੱਕਿਆ ਸਾਨੂੰ ਸਭ ਤੋਂ ਵੱਡਾ ਇਸ਼ੂ ਹੁੰਦਾ ਅਸੀਂ ਵੀਡੀਓਜ਼ ਇਸ ਤਰ੍ਹਾਂ ਸੇ ਬਣਾ ਸਕਦੇ ਮੌਸਮ ਬਹੁਤ ਗਰਮ ਹੁੰਦਾ ਅਤੇ ਮੈਡਮ ਦੀ ਤਬੀਅਤ ਵੀ ਥੋੜ੍ਹੀ ਸੈਂਸਿਟਿਵ ਰਹਿੰਦੀ ਆ ਕੋਈ ਮੇਰੀ ਥੋੜ੍ਹੀ ਮਸਰੂਫੀਅਤ ਹੁੰਦੀ ਹੈ ਜਿਸ ਤੋਂ ਹੁਣ ਇਨਸ਼ਾਲਾ ਅੱਗੇ ਤੋਂ ਸਾਡੀ ਕੋਸ਼ਿਸ਼ ਇਹ ਰਹੀ ਕਿ ਅਸੀਂ ਰੂਟੀਨ ਨਾਲ ਇੱਕ ਵੀਡੀਓ ਤਾਂ ਲਾਜ਼ਮੀ ਅਪਲੋਡ ਕਰਾਈ ਕਰੀਏ ਅਤੇ ਬਾਕੀ ਤੁਹਾਡੇ ਸਾਹਮਣੇ ਸਾਰੀ ਟੀਮ ਮੌਜੂਦ ਹੈ ਜੀ ਆਹ ਮੈਂ ਸ਼ੇਅਰ ਫਿੱਟੇ ਨਾ ਕਲਾ ਨਾ ਖਰਾਬ ਹੋ ਗਿਆ ਸਰ ਮੈਂ ਤਾਂ ਇਸ ਤੋਂ ਆਖਿਆ ਹੋਰ ਕੋਈ ਨਹੀਂ ਕਿਉਂਕਿ ਵੀਡੀਓ 'ਚ ਤਾਂ ਮੈਂ ਆਵੇ ਸਾਵੇ ਸਹੀ ਤਰ੍ਹਾਂ ਨਹੀਂ ਸੋਚ ਸਕਿਆ ਮੈਨੂੰ ਕਾਫੀ ਵਧੀਆ ਰਹਿ ਗਿਆ ਮੈਂ ਕੋਈ ਨਹੀਂ ਕੰਡੂ ਪਿੱਛੇ ਸਾਗਾ ਲਿਕੜੀ ਅਸ ਪਰ ਸਾਹਮਣੇ ਨਹੀਂ ਹੋਇਆ ਸਾਹਮਣੇ ਨਹੀਂ ਹੋ ਸਕਿਆ ਠੀਕ ਹੈ ਕਿਹੜੇ ਨੱਕ ਨਾ ਮੱਥੇ ਅੱਗੇ ਸੁਣਿਆ ਨੇ ਨਾ ਕੁੱਤਾ ਕੁੱਤੇ ਨੂੰ ਨਹੀਂ ਫਾਂਦਾ ਇਸੇ ਮੈਨੂੰ ਹੀ ਹੁਆ ਕਨੇ ਨਹੀਂ ਨਹੀਂ ਉਹ ਨੂੰ ਅੱਗੇ ਮੋੜੇ ਨਹੀਂ ਖਣਾ ਬੰਦੇ ਨੂੰ ਕੁੱਤਾ ਨਹੀਂ ਫਾਂਦਾ ਇੱਕ ਗੱਲ ਕਰਨ ਦੀ ਖੈਰ ਦੱਸ ਤੇ ਜੋੜ ਲਿਆ ਸੀ ਤੇ ਬੜੀ ਗੱਲ ਜੀ ਇਸ ਨੱਕ ਨਾਲ ਹੀ ਵੀਡੀਓ ਚਾਹੇ ਨੂੰ ਆਵਣ ਦੇ ਕਈ ਨਾ ਆਵਣ ਦੇ ਕਈ ਨਾ ਖੈਰ ਤੁਹਾਡੇ ਸਾਹਮਣੇ ਸਾਡੇ ਬਜ਼ੁਰਗ ਮੌਜੂਦ ਹਨ ਚਾਚਾ ਮਾਮਾ ਯਾਰ ਹਾਂ ਸਾਲ ਡੇਟ ਤੇ ਮੋੜ ਪੱਕਾ ਇਥੇ ਹੀ ਖਰਤਾ ਪਹਿਲੇ ਵੀ ਸਾਲ ਡੇਟ ਕੱਢ ਗਿਆ ਨਾ ਮਾਸ਼ਾਅੱਲਾ ਨਾ ਇਨਸ਼ਾਅੱਲਾ ਨਾਲ ਹੀ ਰਾਸਨ ਨਾਲ ਹੀ ਰਾਸਨ ਮਲੰਗੀ ਸਾਹਿਬ ਹੋਰੀ ਆ ਗਏ ਜੀ ਜੀ ਮੈਂ ਬਿਲਕੁਲ ਆ ਗਿਆ ਦੋਸਤਾ ਪੁੱਛ ਵੀ ਆ ਸਕਦਾ ਹਾਂ ਨਾ ਦੱਸਾਂ ਇਨਸ਼ਾਅੱਲਾ ਇਹਨਾਂ ਦੇ ਸੋ ਤਬੀਅਤ ਡਿਸਟਰਬ ਆ ਤੇ ਬਵਸੀਰ ਦੇ ਇਲਾਜ ਕਰਨ ਨੇ ਹੁਣ ਜੀ ਨਹੀਂ ਟੱਟੀਆਂ ਢਾ ਦਿੰਦੇ ਦਿਲੇ ਸੁਰਾਖ ਆ ਜੀ ਅੱਛਾ ਦਿਲੇ ਸੁਰਾਖ ਖੈਰ ਇਹਨਾਂ ਨੂੰ ਵਾਕਈ ਨਾਲ ਤਬੀਅਤ ਖਰਾਬ ਆ ਜਿਸ ਤੇ ਕੋਈ ਨਾ ਤੇ ਆਇਆ ਹੈ ਜੀ ਤੇਰਾ ਨੇ ਦੱਸਿਆ ਮੈਂ ਉਦੋਂ ਦੱਸ ਰਿਹਾ ਤੂੰ ਐਵੇਂ ਨਹੀਂ ਕੀਤੀ ਨਾ ਇਹ ਸਾਡਾ ਨੋਕੀਆ ਜੀ ਬਹੁਤ ਪਿਆਰਾ ਬੱਚਾ ਮਾਸ਼ਾਅੱਲਾ ਅੱਛਾ ਐਕਟਰ ਹੈ ਇਹ ਜੀ ਸਾਡਾ ਪਤਾ ਨਹੀਂ ਕੌਣ ਅੱਛਾ ਪ੍ਰੇਮੀ ਬਾਈ ਸਾਡਾ ਪ੍ਰੇਮ ਹੈ ਯਕੀਨ ਮੰਨੋ ਮੈਂ ਰੂਟੀਨ ਨਾਲ ਨਾ ਮੇਰੀ ਆਦਤ ਹੈ ਹਾਂਜੀ ਨਾ ਕੀ ਆਸਮਾ ਆਂਟੀ ਆਸਮਾ ਖਲੋਤੇ ਨਾਲ ਖਲੋਤੀ ਸਾਡੀ ਫਰਜ਼ਾਨਾ ਭੈਣ ਔਰ ਛੋਟੀ ਬੱਚੀ ਮਿਸਬਾ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਸਟੋਰੀ ਅੱਛੀ ਲੱਗੀ ਹੋਵੇ ਅੱਛੀ ਲੱਗੇ ਤੇ ਕਮੈਂਟਸ ਕਰਕੇ ਲਾਜ਼ਮੀ ਦੱਸਿਆ ਕਰੋ ਸਾਨੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਜਿਹੜਾ ਨਾ ਮਾਂ ਦੇ ਢਿੱਡ ਦੇ ਵਿੱਚ ਸਿੱਖ ਕੇ ਨਹੀਂ ਆਉਂਦਾ ਮਿਹਨਤ ਕੀਤਿਆਂ ਆਸਤੇ ਆਸਤੇ ਸਿੱਖਦੇ ਹਨ ਤੁਹਾਡਾ ਵੀ ਹੱਕ ਬਣਦਾ ਹੈ ਇਨਾਂ ਵਾਸਤੇ ਕਮੈਂਟਸ ਕੀਤੇ ਕਰੋ ਤਾਂ ਕਿ ਕਮੈਂਟਸ ਪੜ੍ਹ ਕੇ ਜਿਹੜਾ ਇਨਾਂ ਦੇ ਦਿਲ ਵਿੱਚ ਹੌਸਲਾ ਵੱਧਦਾ ਹੈ ਨਾ ਜਾਂ ਇਹਨਾਂ ਨੂੰ ਹੌਸਲਾ ਮਿਲਦਾ ਹੈ ਉਸ ਦੇ ਨਾਲ ਮੁੜੇ ਹੋਰ ਜਜ਼ਬੇ ਨਾਲ ਕੰਮ ਕਰ ਸਕਣ ਜੀ ਮਾਨ ਜੀ ਨਾਲੇ ਮੈਂ ਤੁਹਾਨੂੰ ਦੱਸਾਂ ਰੂਟੀਨ ਨਾਲ ਮੈਂ ਜੁਗਤਾਂ ਕੀਤੇ ਰੱਖਦਾ ਪਰ ਜਿਹੜੇ ਚਬਲ ਦਾ ਸਵਾਦ ਹੁੰਦਾ ਨਾ ਉਹ ਨਹੀਂ ਹੁੰਦਾ ਮੈਨੂੰ ਔਰ ਸਾਡੇ ਮੇਨ ਗੱਲ ਇਹ ਆ ਕਿ ਜਿਹੜਾ ਸਾਡਾ ਕੈਮਰਾਮੈਨ ਹੈ ਨਾ ਮਾਸ਼ਾਅੱਲਾ ਅੱਲਾ ਪਾਕ ਉਹਨਾਂ ਨੂੰ ਵੀ ਕੰਮ ਕਰਨ ਦੀ ਤੋਫੀਕ ਦੇਵੇ ਔਰ ਅੱਲਾ ਪਾਕ ਉਹਨਾਂ ਨੂੰ ਬਹੁਤ ਮਿਹਨਤ ਜਦੋਂ ਵੀ ਔਲਾਦ ਕਰੇ ਅੱਲਾ ਪਾਕ ਜੀਵਨ ਵਾਲਾ ਬੱਚਾ ਦੇਵੇ ਉਹਨਾਂ ਨੂੰ ਔਰ ਬੜੀ ਮਿਹਰਬਾਨੀ ਥੈਂਕ ਯੂ ਸਾਡੇ ਕਾਫੀ ਭੈਣਾਂ ਭਰਾ ਹਨ ਜਿਨ੍ਹਾਂ ਦੀਆਂ ਇਹ ਖੁਆਇਸ਼ਾਂ ਆਉਂਦੀਆਂ ਕਿ ਅਸੀਂ ਉਹਨਾਂ ਦਾ ਨਾਂ ਲਵੀਏ ਵਿੱਚ ਵੀਡੀਓਜ਼ ਦੇ ਮੈਂ ਮਾਫੀ ਚਾਹੁੰਦੀ ਹਾਂ ਜਦੋਂ ਬੰਦਾ ਸੈੱਟ ਤੇ ਖਲੋਤਾ ਹੁੰਦਾ ਅਕਸਰ ਜ਼ਿਹਨ ਚੋਂ ਗੱਲਾਂ ਨਿਕਲ ਵੈਂਦੀਆਂ ਜਿਹੜੀਆਂ ਅਸੀਂ ਕਰਨੀਆਂ ਆਉਂਦੀਆਂ ਔਰ ਸਾਡੀ ਦਿੱਲੀ ਸਾਰਿਆਂ ਵਾਸਤੇ ਦੁਆ ਅੱਲਾ ਬਿਮਾਰਾਂ ਨੂੰ ਸ਼ਫਾ ਦੇਵੇ ਬੇਔਲਾਦਾਂ ਨੂੰ ਔਲਾਦ ਦੇਵੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵੇ ਜਿਹੜੇ ਦੁਨੀਆ ਤੋਂ ਚਲੇ ਗਏ ਅੱਲਾ ਉਹਨਾਂ ਨੂੰ ਜੰਨਤ ਤੇ ਚਾਲਾ ਮਕਾਮ ਦੇਵੇ ਜਿਹੜੇ ਉਹਨਾਂ ਦੇ ਪਿੱਛੇ ਬੈਠੇ ਨੇ ਅੱਲਾ ਉਹਨਾਂ ਨੂੰ ਸਬਰ ਦੇਵੇ ਜਿਹੜੇ ਬੱਚੇ ਇਸ ਦੁਨੀਆ ਤੇ ਆ ਰਹੇ ਅੱਲਾ ਉਹਨਾਂ ਨੂੰ ਆਪਣੇ ਜ਼ਮਾਨ ਵਿੱਚ ਰੱਖੇ ਮਾਂ ਬਾਪ ਦਾ ਸਾਇਆ ਉਹਨਾਂ ਦੇ ਸਿਰਾਂ ਤੇ ਕਾਇਮ ਰੱਖੇ ਜਿਸ ਬੰਦੇ ਦੇ ਵੀ ਵੀਡੀਓ ਦੇ ਵੇਖੋ ਕੋਈ ਗਲਤੀ ਆ ਰਹੀ ਹੁੰਦੀ ਹੈ ਐਡੀਟਿੰਗ ਜਾਂ ਕੈਮਰਾਮੈਨ ਨਹੀਂ ਚੋ ਉਹਨੂੰ ਖੁੱਲੀ ਜਾ ਦਿੱਤੀ ਕਿ ਸਾਇਲ ਦੁਆਰੇ ਕੋਈ ਵੀ ਅੱਛਾ ਬੈੜਾ ਲਿਖ ਸਕਦਾ ਹੈ ਅਗਰ ਅੱਛਾ ਉਸ ਕੰਮ ਕੀਤਾ ਤਾਂ ਅੱਛਾ ਲਿਖਣਾ ਅਗਰ ਉਸ ਵਿੱਚ ਆਹ ਆਵਾਜ਼ਾਂ ਸਮ ਟਾਈਮ ਪਿਛਵਾ ਰਹੀ ਹੁੰਦੀਆਂ ਉਸ ਅੱਛੀ ਐਡਿਟ ਨਹੀਂ ਕੀਤੀ ਹੁੰਦੀ ਚੀਜ਼ ਉਹਦੇ ਬਾਰੇ ਜੋ ਮਰਜ਼ੀ ਲਿਖੋ ਉਹ ਸੁਣਨ ਨੂੰ ਤਿਆਰ ਹੈ ਬਹੁਤ ਵੱਡੇ ਦਿਲ ਦਾ ਮਾਲਕ ਹੈ ਖੈਰ
ਸਾਡੇ ਤਰਾਏ ਚੈਨਲ ਆਡੀਓ ਮਲਿਕ ਓਰੀਜਨਲ ਆਡੀਓ ਮਲਿਕ ਟੀਵੀ ਤੇ ਮਾਂ ਜੀ ਅਫੀਸ਼ੀਅਲ ਨਾਲ ਲਾਈਕ ਕਰੋ, ਸਬਸਕ੍ਰਾਈਬ ਕਰੋ। ਪਾਕਿਸਤਾਨ ਜਿੰਦਾਬਾਦ, ਪਾਕ ਫੌਜ ਜਿੰਦਾਬਾਦ।